परम सत्कारयोग उपस्थित सात संग जीओ मनवृत्ति एकाग्र करने वास्ते रसना पवित्र करने लई सब माई पाई गज के आखो धन श्री सतगुरु राम सिंह हुण सवाल पैदा हुंदा कि रोज ही क्यों आंदे ने धन सतगुरु राम सिंह ਉਹਨਾਂ ਵਿੱਚ ਦੁਨੀਆਂ ਨਾਲੋਂ ਕੀ ਵਾਧਾ ਹੈ ਵਿਸ਼ੇਸ਼ਤਾ ਕੀ ਹੈ ਜਿਹਨੂੰ ਰੋਜ਼ ਧੰਨ ਸਤਿਗੁਰੂ ਰਾਮ ਸਿੰਘ ਕਰਕੇ ਕਲਾਉਂਦੇ ਹਨ ਵਿਚਾਰ ਕਰਨ ਤੋਂ ਆਪਣੇ ਆਪ ਹੀ ਸਮਝੋ ਪਤਾ ਲੱਗ ਜਾਂਦਾ ਇਹ ਸਾਰਿਆਂ ਨੂੰ ਇਸ ਗੱਲ ਦਾ ਪਤਾ ਅੰਮ੍ਰਿਤਸਰ ਵਿੱਚ ਬੁੱਚੜਖਾਨਾ ਖੁੱਲਿਆ ਸੀ ਹੋਰ ਅਨਮਤੀ ਭਾਵ ਹੋਰ ਜਿਹੜੇ ਮਤਾਂ ਵਾਲੇ ਸਨ ਉਹਨਾਂ ਦੇ ਸਾਹਮਣੇ ਉੱਥੇ ਗਊਆਂ ਕਤਲ ਕੀਤੀਆਂ ਜਾਂਦੀਆਂ ਸਨ ਜਦੋਂ ਨਾਮਧਾਰੀ ਸਿੱਖ ਸੁਧਾ ਸਰੋਵਰ ਦਾ ਇਸ਼ਨਾਨ ਕਰਨ ਗਏ ਉਹਨਾਂ ਨੇ ਉੱਥੇ ਵੇਖਿਆ ਵੀ ਬੜਾ ਉਪਦਰਵ ਕਰਦੇ ਹਨ ਅੰਗਰੇਜ਼ ਉਹਨਾਂ ਉਸ ਵਕਤ ਸਲਾਹ ਕਰਕੇ ਬੁੱਚੜ ਵੱਢ ਦਿੱਤੇ ਗਊਆਂ ਛੁਡਾ ਦਿੱਤੀਆਂ ਬੁੱਚੜਾਂ ਨੂੰ ਮਾਰ ਕੇ ਆਪ ਨੱਸ ਗਏ ਨੇ ਦੌੜ ਗਏ ਕਿਉਂ ਉਹਨਾਂ ਨੂੰ ਪਤਾ ਸੀ ਕਿ ਜੇ ਅਸੀਂ ਫੜੇ ਗਏ ਤੇ ਸਾਡੇ ਤੇ ਕਤਲ ਦੇ ਮੁਕੱਦਮੇ ਬਣਨਗੇ ਔਰ ਪਤਾ ਨਹੀਂ ਕੀ ਸਜ਼ਾ ਮਿਲੇਗੀ ਉਹ ਆਪਣੀ ਜਾਨ ਬਚਾਉਣ ਵਾਸਤੇ ਨੱਸ ਗਏ ਸਨ ਜੇ ਉਹਨਾਂ ਜਾਨ ਨਾ ਬਚਾਉਣੀ ਹੁੰਦੀ ਉਹਨਾਂ ਦੇ ਮਨ ਵਿੱਚ ਇਹ ਨਾ ਗੱਲ ਹੁੰਦੀ ਵੀ ਮੈਂ ਅਸੀਂ ਜਾਨ ਬਚਾਉਣੀ ਹੈ ਤੇ ਸਿੱਧੇ ਜਾ ਕੇ ਉਸ ਵਕਤ ਪੇਸ਼ ਹੋ ਸਕਦੇ ਹਨ ਤੇ ਆਖ ਸਕਦੇ ਹਨ ਵੀ ਅਸੀਂ ਬੁੱਚੜ ਮਾਰੇ ਨੇ ਪਰ ਇਸ ਤਰ੍ਹਾਂ ਨਹੀਂ ਹੋਇਆ ਉਹ ਕਿੱਥੇ ਆਏ ਨੇ ਸ੍ਰੀ ਭੈਣੀ ਸਾਹਿਬ ਆਏ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਲਾਲ ਸਿੰਘ ਜੀ ਵਗੈਰਾ ਇੱਥੇ ਫਿਰ ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਪੁੱਛਿਆ ਵੀ ਸੁਣਾਓ ਅੰਮ੍ਰਿਤਸਰ ਵਾਲੀ ਗੱਲ ਜਿਹੜੀ ਉਹ ਕਿਸ ਤਰ੍ਹਾਂ ਹੋਈ ਹੈ ਉਹਨਾਂ ਫਿਰ ਦੱਸਿਆ ਸਤਿਗੁਰ ਦੇ ਅੱਗੇ ਸਿੱਖ ਦਾ ਇਹ ਫਰਜ਼ ਹੈ ਕਿ ਸੱਚ ਹੀ ਬੋਲੇ ਝੂਠ ਨਾ ਦੱਸੇ ਕਿਉਂ ਸਤਿਗੁਰ ਹਮੇਸ਼ਾ ਅੰਤਰਜਾਮੀ ਹੁੰਦਾ ਪਰ ਅਸੀਂ ਅੱਜ ਕੱਲ੍ਹ ਘਾਲਾ ਮਾਲਾ ਕਰ ਜਾਂਦੇ ਹਾਂ ਸਤਿਗੁਰ ਅੱਗੇ ਵੀ ਅੱਗਾ ਪਿੱਛਾ ਕਰ ਜਾਂਦੇ ਹਾਂ ਔਰ ਬਤਾ ਤੇ ਮੇਰੇ ਵਰਗਿਆਂ ਦੀ ਜਿਹੜੇ ਚੰਗਾ ਟਕਾ ਕੇ ਘਾਲਾ ਮਾਲਾ ਕਰ ਜਾਂਦੇ ਨੇ ਕਈ ਤੇ ਥੋੜਾ ਥੋੜਾ ਕਰਦੇ ਨੇ ਕਈ ਚੰਗਾ ਕਰ ਜਾਂਦੇ ਨੇ ਉਹਨਾਂ ਨੂੰ ਯਕੀਨ ਸੀ ਸਤਿਗੁਰ ਤੇ ਵੀ ਸਤਿਗੁਰ ਅੰਤਰਜਾਮੀ ਹੈ ਉਹਨਾਂ ਨੇ ਆਖਿਆ ਗਰੀਬ ਨੂੰ ਆਜ ਇਹ ਸਾਰਾ ਕੰਮ ਜਿਹੜਾ ਤੁਹਾਡੀ ਕਿਰਪਾ ਨਾਲ ਅਸਾਂ ਹੀ ਕੀਤਾ ਸਤਿਗੁਰਾਂ ਫਿਰ ਉਹਨਾਂ ਨੂੰ ਹੁਕਮ ਕੀਤਾ ਭਾਈ ਗੁਰਮੁਖੋ ਤੁਸੀਂ ਕਾਹਦੇ ਵਾਸਤੇ ਇਹ ਕੰਮ ਕੀਤਾ ਇਹੋ ਜਿਹੀਆਂ ਗਊਆਂ ਛਡਾਈਆਂ ਨੇ ਸੱਚੇ ਪਾਤਸ਼ਾਹ ਕਹਿੰਦੇ ਨੇ ਠੀਕ ਹੈ ਕੰਮ ਤੁਸੀਂ ਚੰਗਾ ਕੀਤਾ ਗਊਆਂ ਛਡਾਈਆਂ ਨੇ ਪਰ ਇੱਕ ਪਾਸੇ ਗਊਆਂ ਛਡਵਾ ਦਿੱਤੀਆਂ ਨੇ ਤੇ ਦੂਜੇ ਪਾਸੇ ਬੇਗੁਨਾਹ ਜਿਹੜੇ ਨੇ ਉਹਨਾਂ ਨੂੰ ਤੇ ਮਰਵਾਉਣ ਵਾਸਤੇ ਤੂੰ ਸਾਡਾ ਹੀ ਕੰਮ ਜਿਹੜਾ ਅੱਗੇ ਆਇਆ ਨਾ ਇੱਕ ਪਾਸੇ ਤੁਸੀਂ ਚੰਗਾ ਕੰਮ ਕੀਤਾ ਪਰ ਦੂਜੇ ਪਾਸੇ ਜਿਹੜੇ ਬੇਗੁਨਾਹ ਫਸੇ ਨੇ ਉਹ ਮਰ ਜਾਣਗੇ ਤੇ ਉਹਨਾਂ ਦਾ ਪਾਪ ਜਿਹੜਾ ਉਹ ਕਿਹਨਾਂ ਨੂੰ ਲੱਗੇਗਾ ਤੁਸੀਂ ਆਪ ਜਾਓ ਔਰ ਫਿਰ ਸਤਿਗੁਰਾਂ ਨੂੰ ਇਹ ਪਤਾ ਸੀ ਸਤਿਗੁਰ ਅੰਤਰਜਾਮੀ ਹੁੰਦੇ ਨੇ ਉਹਨਾਂ ਨੂੰ ਇਹ ਪਤਾ ਸੀ ਕਿ ਜੇ ਇਹ ਉੱਥੇ ਨਾ ਜਾ ਕੇ ਪੇਸ਼ ਹੋਏ ਨੱਸ ਗਏ ਤੇ ਜਿਹੜੇ ਫੜੇ ਗਏ ਨੇ ਉਹਨਾਂ ਨੂੰ ਫਾਂਸੀ ਆ ਜਾਏਗੀ ਉਹਨਾਂ ਨੂੰ ਤਕਲੀਫਾਂ ਹੋਣਗੀਆਂ ਬਾਅਦ ਵਿੱਚ ਜਿਹੜੀ ਸਮਝੋ ਕ੍ਰੈਡਿਟ ਮਿਲਦਾ ਜਿਹੜੀ ਸੋਭਾ ਮਿਲਦੀ ਉਹਨਾਂ ਨੂੰ ਮਿਲ ਜਾਏਗੀ ਵੀ ਉਹਨਾਂ ਨੇ ਸਮਝੋ ਬੁੱਚੜ ਮਾਰੇ ਸਨ ਇਸ ਵਾਸਤੇ ਉਹਨਾਂ ਦੀ ਸ਼ਾਨ ਹੋ ਜਾਏਗੀ ਦੂਰ ਅੰਦੇਸ਼ ਸਤਿਗੁਰੂ ਹਮੇਸ਼ਾ ਹੋਇਆ ਕਰਦਾ ਹੈ ਭੂਤ ਭਵਿਸ਼ਿਤ ਵਰਤਮਾਨ ਦੀ ਜਾਣਨ ਵਾਲਾ ਹੈ ਸਾਧ ਸੰਗਤ ਜੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਸਿੱਖਾਂ ਨੂੰ ਆਪ ਹੁਕਮ ਦੇ ਕੇ ਫਿਰ ਅੰਮ੍ਰਿਤਸਰ ਭੇਜਿਆ ਵਾਪਸ
ਉਹਨਾਂ ਜਾ ਕੇ ਇਕਬਾਲ ਕੀਤਾ, ਅਸਾਂ ਇਹ ਗਊਆਂ ਛਡਾਈਆਂ ਨੇ ਤੇ ਬੁੱਛੜਾਂ ਨੂੰ ਮਾਰਿਆ। ਮੇਰਾ ਸਿਰਫ ਭਾਵ ਕਹਿਣ ਤੋਂ ਇਹ ਸੀ ਭਾਈ, ਸਤਿਗੁਰਾਂ ਦੀ ਆਤਮਾ ਤੇ ਸਿੱਖਾਂ ਦੀ ਆਤਮਾ ਦੇ ਵਿੱਚ ਕਿੰਨਾ ਫਰਕ ਹੋਇਆ ਕਰਦਾ। ਸਿੱਖ ਮਾਰ ਕੇ ਚਲੇ ਗਏ ਸਨ, ਜੇ ਸਤਿਗੁਰੂ ਨਾ ਆਖਦੇ ਉਹਨਾਂ ਨੇ ਸੀ ਵਾਪਸ ਜਾਣਾ, ਪਰ ਸਤਿਗੁਰੂ ਅਗਲੀ ਵੀ ਸਥਿਤੀ ਨੂੰ ਜਾਣਦੇ ਸਨ। ਇਸ ਵਾਸਤੇ ਉਹਨਾਂ ਨੇ ਆਖਿਆ, ਭਾਈ ਸਿੱਖੋ ਬੋਲ ਕੋਈ ਬਣਾਵੇ ਤੇ ਮਿਣ ਕੇ ਕੋਈ ਲੈ ਜਾ, ਦੱਸੋ ਇਹ ਕਿੱਧਰ ਦੀ ਸਮਝੋ ਸਿਆਣਪ ਹੈ। ਇੱਕ ਆਦਮੀ 6 ਮਹੀਨੇ ਕਣਕ ਬੀਜ ਕੇ ਉਹਦੀ ਰਾਖੀ ਕਰਦਾ, ਸਾਰਾ ਕੁਝ ਉਹਨੂੰ ਪਾਣੀ ਦਿੰਦਾ, ਰੇਹ ਪਾਉਂਦਾ, ਗੋਡੀਆਂ ਕਰਦਾ, ਉਹਨੂੰ ਵੱਢਦਾ, ਫਿਰ ਜਾ ਕੇ ਦਾਣੇ ਕੱਢਦਾ, ਬੋਲ ਲਾ ਕੇ ਕਰਦਾ ਦਿਓ ਤੇ ਚੁੱਕ ਕੇ ਕੋਈ ਲੈ ਜਾਓ, ਮਿਹਨਤ ਕਰਨ ਵਾਲਾ ਜਿਹੜਾ ਉਹਦੇ ਪੱਲੇ ਫਿਰ ਕੀ ਪਏਗਾ। ਸਾਧ ਸਿੰਘ ਜੀ, ਇਹ ਸਤਿਗੁਰ ਦੀ ਆਤਮਾ ਹੈ ਜਿਹੜੀ ਕਿਹਦੀ ਉੱਚੀ ਸਿੱਖਾਂ ਨੂੰ ਵਾਪਸ ਭੇਜਿਆ। ਅੱਜ ਕੱਲ੍ਹ ਤੁਸੀਂ ਇਹ ਅਖਬਾਰਾਂ ਦੀ ਜਿਹਨਾਂ ਦੀ ਜ਼ਿੰਦਗੀ ਉਹ ਵੇਖ ਲਓ ਕਿਸ ਤਰ੍ਹਾਂ ਹੁੰਦਾ, ਜੋ ਕੁਝ ਹੁੰਦਾ ਸਾਰੇ ਇਸ ਗੱਲ ਨੂੰ ਕਾਲਾ ਮਾਲਾ ਕਰ ਜਾਂਦੇ ਹਨ। ਪਰ ਇਸ ਵਾਸਤੇ ਸਤਿਗੁਰੂ ਆਉਂਦੇ ਹਾਂ, ਉਹਨਾਂ ਦੀ ਆਤਮਾ ਸਾਰ ਨਾਲ ਉੱਚੀ ਆ, ਉਹ ਗਊ ਤੇ ਗਰੀਬ ਵਾਸਤੇ ਆਉਂਦੇ ਹਾਂ। ਤਾਂ ਮੈਂ ਅਰਜ਼ ਕੀਤੀ ਸੀ ਤੇ ਇੱਕ ਵਾਰੀ ਫੇਰ ਆਖੋ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ। ਸਾਧ ਸੰਗਤ ਜੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪਹਿਲਾਂ ਤੇ ਇਹ ਗੱਲ ਸੀ ਵੀ ਨਾ ਜਾਣੋ ਅਬ ਕੀ, ਨਾ ਜਾਣੋ ਤਬ ਕੀ, ਅਗਰ ਨਾ ਹੋਤੇ ਗੁਰੂ ਗੋਬਿੰਦ ਸਿੰਘ ਤੋ ਸੁਨਤ ਹੋਤੀ ਸਭ ਕੀ। ਪਹਿਲਾਂ ਤੇ ਇਹ ਲੋਕ ਉਕਤੀ ਸੀ, ਪਰ ਫਿਰ ਜਦੋਂ ਗੁਰੂ ਗੋਬਿੰਦ ਸਿੰਘ ਦੀ ਸਿੱਖੀ ਜਿਹੜੀ ਸੀ ਕਰੀਬ ਕਰੀਬ ਨੇਸ ਤੋਂ ਨਾਬੂਦ ਹੋ ਗਈ, ਉਸ ਵਕਤ ਫਿਰ ਇਹ ਆਮ ਪ੍ਰਚਲਿਤ ਬਾਅਦ ਵਿੱਚ ਗੱਲ ਹੋ ਗਈ ਸੀ ਵੀ ਜੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨਾਲ ਸੰਸਾਰ ਤੇ ਆਉਂਦੇ ਤੇ ਸਿੱਖੀ ਜਿਹੜੀ ਸੀ ਇਹ ਵੀ ਉਸੇ ਤਰ੍ਹਾਂ ਅਲੋਪ ਹੋ ਜਾਣੀ ਸੀ। ਇਹ ਸਿੱਖੀ ਨੂੰ ਪੁਨਰ ਜਨਮ ਦਿੱਤਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ। ਗੁਰੂ ਗੋਬਿੰਦ ਸਿੰਘ ਦੇ ਬਣਾਏ ਸਿਰਫ ਉਹਨਾਂ ਨੂੰ 2.5 ਸਿੱਖ ਮਿਲੇ, ਬਾਕੀ ਸਾਰੀ ਘੜ ਕੇ ਤੇ ਫਿਰ ਉਹਨਾਂ ਨੇ ਛਾਂ ਕੇ ਭੰਨ ਕੇ ਤੇ ਫਿਰ ਸਮਝੋ ਕਰੀ ਸੀ। ਸੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਸ ਤਰ੍ਹਾਂ ਸਿੱਖੀ ਨੂੰ ਸਰਸਬਜ਼ ਕੀਤਾ, ਕਿਸ ਤਰ੍ਹਾਂ ਸਿੱਖਾਂ ਦਾ ਆਤਮਾ ਉੱਚਾ ਕੀਤਾ, ਇਹਦੇ ਤੇ ਮੈਂ ਇੱਕ ਸਿੱਖ ਦੀ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਘਰ ਦੇ ਇੱਕ ਸਿੱਖ ਦੀ ਜੀਵਨੀ ਤੁਹਾਡੇ ਸਾਹਮਣੇ ਥੋੜੇ ਮਿੰਟਾਂ 'ਚ ਅਰਜ਼ ਕਰਾਂਗਾ। ਗੁਰਦਾਸਪੁਰ ਦਾ ਜ਼ਿਲ੍ਹਾ, ਡੇਰਾ ਬਾਬਾ ਨਾਨਕ ਦੇ ਤੁਸੀਂ ਸਾਰੇ ਜਾਣਦੇ ਹੋ, ਜੇ ਦੇਖਿਆ ਨਹੀਂ ਤੇ ਸੁਣਿਆਗਾ ਕਿ ਉਹ ਮਸ਼ਹੂਰ ਹੈ ਡੇਰਾ ਬਾਬਾ ਨਾਨਕ। ਡੇਰੇ ਬਾਬੇ ਨਾਨਕ ਦੇ ਨਾਲ ਹੀ ਇੱਕ ਮੰਜੀ ਤੋੜ ਪਿੰਡ ਹੈ, ਮੰਜੀ ਤੋੜ ਨਗਰ ਦਾ ਨਾਂ ਹੈ। ਉੱਥੋਂ ਇੱਕ ਰਾਮਗੜੀਆਂ ਦੇ ਘਰ ਬੱਚਾ ਪੈਦਾ ਹੋਇਆ ਜਿਹਦਾ ਨਾਂ ਉਹਨਾਂ ਰੱਖਿਆ ਸੁੰਦਰ ਸਿੰਘ। ਨਾਮ ਹੀ ਸੁੰਦਰ ਤੇ ਕੰਮ ਵੀ ਬੜੇ ਸੁੰਦਰ ਕੀਤੇ। ਮੈਨੂੰ ਇਸ ਗੱਲ ਦਾ ਚੰਗੀ ਤਰ੍ਹਾਂ ਪਤਾ, ਮੇਰੇ ਜਿਹੜੇ ਭਜਨ ਗੁਰੂ ਸਨ ਉਹ ਸਨ ਸੰਤ ਸੁੰਦਰ ਸਿੰਘ ਜੀ ਭੂਰੀ ਵਾਲੇ। ਉਹਨਾਂ ਕੋਲੋਂ ਮੈਂ ਭਜਨ ਪੁੱਛਿਆ, ਪਹਿਲਾਂ ਵੀ ਉਂਝ ਮੈਂ ਸੰਤਾ ਭਗਤ ਸਿੰਘਾਂ ਕੋਲ ਪੁੱਛਿਆ, ਉਹ ਲੰਮੀ ਗੱਲ ਆ, ਫੇਰ ਕਦੀ ਅਰਜ਼ ਕਰਾਂਗਾ। ਸੰਤ ਸੁੰਦਰ ਸਿੰਘ ਜੀ ਇੱਕ ਨਗਰ ਜਿਹੜੇ ਉਹਨਾਂ ਦੇ ਸੇਵਕ ਸਨ ਉੱਥੇ ਜਾ ਕੇ ਲੰਗਰ ਕੀਤਾ ਤੇ ਦੀਵਾਨ ਲਾਇਆ। ਜਿਹੜਾ ਘਰ ਵਾਲਾ ਸਿੱਖ ਸੀ ਉਹਦਾ ਨਾਮ ਵੀ ਸੁੰਦਰ ਸਿੰਘ ਸੀ। ਉਹ ਸੁੰਦਰ ਸਿੰਘ ਦਾ ਜਿਹੜਾ ਪੁੱਤਰ ਸੀ ਨਾ, ਉਹ ਮਾਸੀ ਤੇ ਸ਼ਰਾਬੀ ਤੇ ਕਬਾਬੀ ਸੀ, ਉਹ ਕੂਕਿਆਂ ਨੂੰ ਚੰਗਾ ਨਹੀਂ ਸੀ ਜਾਣਦਾ ਤੇ ਸੰਤਾ ਸੁੰਦਰ ਸਿੰਘਾਂ ਦਾ ਬਾਹਰ ਸੀ ਖੂਹ।
ਤੇ ਪੂਰੀ ਵਾਲਿਆ ਸੰਤਾ ਸੁੰਦਰ ਸਰਾ ਜਿਹੜੇ ਸ਼ਮੀਰਪੁਰ ਦੇ ਹੋਏ ਨੇ ਤੇ ਮਾਨਾ ਵਾਲੇ ਵਾਲੇ ਜਾ ਕੇ ਉਹਨਾਂ ਦਾ ਡੇਰਾ ਸੀ। ਸਾਰੇ ਮਾਨਾ ਵਾਲੀ ਸਰਦਾਰ ਉਹਨਾਂ ਦੇ ਸੇਵਕ ਸਨ। ਇਸ ਵਕਤ ਸੰਤ ਸੁੰਦਰ ਸੁਰਾ ਦੇ ਘਰ ਚਲੇ ਗਿਆ ਸੰਤ ਭੂਰੀ ਵਾਲੇ, ਲੰਗਰ ਕੀਤਾ, ਦੀਵਾਨ ਲਾਇਆ ਤੇ ਰਾਤ ਆਪਣੇ ਕੋਠੇ ਉਹਦੇ ਤੇ ਬਰਾਜ ਗਿਆ। ਸੁੰਦਰ ਸਿੰਘ ਆਪਣੇ ਖੂਹ ਤੇ ਚਲਾ ਗਿਆ। ਜਦੋਂ ਸੁੰਦਰ ਸਿੰਘ ਘਰ ਵਾਲਾ ਖੂਹ ਤੇ ਚਲਾ ਗਿਆ, ਉਹਦੇ ਪੁੱਤਰ ਨੇ ਸ਼ਰਾਬ ਪੀ ਲਿਆ ਤੇ ਬਰਛਾ ਫੜ ਕੇ ਤੇ ਉਹ ਪਿੰਡ ਨੂੰ ਆ ਗਿਆ। ਜਦੋਂ ਪਿੰਡ ਆਇਆ ਤੇ ਪਿੰਡ ਆ ਕੇ ਸੰਤਾਂ ਨੂੰ ਗਾਲਾਂ ਕੱਢਣ ਲੱਗ ਪਿਆ। ਕਿਸੇ ਨੇ ਜਾ ਕੇ ਉਹਦੇ ਪਿਓ ਨੂੰ ਭਾਵ ਸੁੰਦਰ ਸਿੰਘ ਘਰ ਵਾਲੇ ਨੂੰ ਦੱਸ ਦਿੱਤਾ ਵੀ ਤੇਰਾ ਪੁੱਤਰ ਤੇਰੇ ਸਦਿਆਂ ਸੰਤਾਂ ਨੂੰ ਗਾਲਾਂ ਕੱਢਦਾ। ਉਹਨੂੰ ਬੜਾ ਗੁੱਸਾ ਚੜਿਆ, ਕਹਿੰਦਾ ਉਹ ਮੇਰੇ ਰੱਬ ਵਰਗੇ ਸਾਧ ਮੇਰੇ ਘਰ ਆਏ ਤੇ ਇਹ ਘਰ ਆਇਆ ਨੂੰ ਕਿਉਂ ਗਾਲਾਂ ਕੱਢਦਾ। ਉਹ ਵੀ ਬਰਛਾ ਫੜ ਕੇ ਤੇ ਉੱਥੋਂ ਖੂਹ ਤੋਂ ਪਿੰਡ ਨੂੰ ਆ ਗਿਆ। ਜਿਸ ਵਕਤ ਉਹ ਆਇਆ, ਆਂਦਾ ਜਾਂ ਮੈਂ ਅੱਜ ਰਹਾਂਗਾ ਜਾਂ ਮੈਂ ਰਹਾਂਗਾ ਤੇ ਜਾਂ ਮੇਰਾ ਪੁੱਤਰ ਰਹੇਗਾ, ਹੋਵੇ ਕੌਣ ਜਿਹੜਾ ਮੇਰੇ ਸਮਝੋ ਘਰ ਸਦਿਆ ਸਾਧਾਂ ਨੂੰ ਗਾਲਾਂ ਕੱਢੇ। ਕਿਸੇ ਨੇ ਸੰਤਾਂ ਭੂਰੀ ਵਾਲਿਆਂ ਨੂੰ ਆ ਕੇ ਦੱਸਿਆ ਵੀ ਗਰੀਬ ਨੂੰ ਅੱਜ ਸੁੰਦਰ ਸਿੰਘ ਬੜਾ ਕੰਬੇ ਜਿਹਾ ਸੁਭਾਅ ਵਾਲਾ, ਗੁੱਸੇ ਵਾਲਾ, ਉਹ ਵੀ ਬਰਛਾ ਫੜ ਕੇ ਆ ਗਿਆ, ਉਹਦੇ ਪੁੱਤਰ ਨੇ ਤੁਹਾਨੂੰ ਗਾਲਾਂ ਕੱਢੀਆਂ ਨੇ ਤੇ ਉਹ ਆਂਦਾ ਮੈਂ ਜਾਂ ਉਹਨੂੰ ਮਾਰ ਛੱਡਾਂਗਾ ਜਾਂ ਆਪ ਮਰ ਜਾਂਗਾ, ਦੋਵਾਂ ਚੋਂ ਇੱਕ ਜਣਾ ਹੀ ਹੈ। ਸੰਤਾਂ ਭੂਰੀ ਵਾਲੇ ਨੇ ਆਖਿਆ ਜਾ ਉਹ ਸੁੰਦਰ ਸਿੰਘ ਨੂੰ ਆਖ ਮੇਰੀ ਗੱਲ ਸੁਣ ਕੇ ਤੇ ਫਿਰ ਕੋਈ ਕੰਮ ਕਰੇ, ਪਹਿਲਾਂ ਕੋਈ ਕੰਮ ਨਹੀਂ ਕਰ। ਹੁਣ ਹੁਕਮ ਹੋ ਗਿਆ ਸੀ ਤੇ ਸਰਦਾ ਵਾਲਾ ਜਿੱਥੇ ਸਰਦਾ ਹੋਇਆ ਉਹਦਾ ਹੁਕਮ ਪਾਊ, ਕੋਈ ਵੀ ਨਹੀਂ ਮੋੜ ਸਕਦਾ। ਜਦੋਂ ਸੰਤਾਂ ਦਾ ਹੁਕਮ ਚਲਾ ਗਿਆ ਉਹ ਫਿਰ ਸਿੱਧਾ ਸੰਤਾਂ ਕੋਲ ਆਇਆ, ਆ ਕਹਿੰਦਾ ਗਰੀਬ ਨੂੰ ਅੱਜ ਹੁਕਮ। ਕਹਿੰਦੇ ਨੇ ਆ ਬਰਛਾ ਬੁਰਛਾ ਕਾਹਨੂੰ ਫੜਿਆ ਆਈ, ਉਹਨੇ ਦੱਸ ਦਿੱਤੀ ਸਾਰੀ ਗੱਲ ਜਿਹੜੀ ਹੋਈ ਸੀ। ਸੰਤ ਕਹਿੰਦੇ ਨੇ ਤੇਰਾ ਨਾਂ ਕੀ ਆ? ਹਾਂਜੀ ਸੁੰਦਰ ਸਿੰਘ। ਸੰਤ ਕਹਿੰਦੇ ਨੇ ਮੇਰਾ ਨਾਮ ਹੀ ਸੁੰਦਰ ਸਿੰਘ ਹੈ। ਹਾਂਜੀ ਠੀਕ ਹੈ। ਸੰਤ ਕਹਿੰਦੇ ਨੇ ਸੁੰਦਰ ਸਿਆਂ, ਸੁੰਦਰ ਤਾਂ ਅਸੀਂ ਤਾਂ ਹੀ ਆ ਨਾ ਜੇ ਸੁੰਦਰ ਕੰਮ ਕਰਾਂਗੇ, ਤੇ ਜੇ ਅਸੀਂ ਕੰਮ ਭੈੜੇ ਕਰਾਂਗੇ ਤਾਂ ਫਿਰ ਸੁੰਦਰ ਤੇ ਨਾ ਹੋਏ ਅਸੀਂ। ਸੰਤ ਜੀ ਤੁਹਾਡਾ ਤਾਂ ਠੀਕ ਹੈ, ਗਿਆਨ ਵਾਲਾ ਕੰਮ ਹੈ, ਪਰ ਹੋਵੇ ਕੌਣ ਮੇਰਾ ਪੁੱਤਰ ਜਿਹੜਾ ਤੁਹਾਨੂੰ ਗਾਲਾਂ ਕੱਢੇ? ਸੰਤ ਕਹਿੰਦੇ ਨੇ ਇਹ ਦੱਸ ਸੁੰਦਰ ਸਿਆਂ ਵੀ ਜਦੋਂ ਅਸੀਂ ਲੰਗਰ ਕਰਦੇ ਹਾਂ ਤੇਰੇ ਪੁੱਤਰ ਸਾਨੂੰ ਗਾਲਾਂ ਕੱਢੀਆਂ ਨੇ? ਅਸੀਂ ਨਹੀਂ। ਜਦੋਂ ਅਸੀਂ ਸ਼ਰਦਾਈਆਂ ਰਗੜਦੇ ਸਾਂ ਤੇ ਪੀਂਦੇ ਸਾਂ ਤੇਰੇ ਪੁੱਤਰ ਸਾਨੂੰ ਗਾਲਾਂ ਕੱਢੀਆਂ ਨੇ? ਅਸੀਂ ਨਹੀਂ। ਅਸੀਂ ਜਦੋਂ ਦੀਵਾਨ ਲਾਇਆ ਸੀ ਤੇਰੇ ਪੁੱਤਰ ਨੇ ਸਾਡੇ ਕੰਮ ਵਿੱਚ ਵਿਘਨ ਪਾਇਆ ਕੋਈ? ਅਸੀਂ ਨਹੀਂ। ਸੰਤ ਕਹਿੰਦੇ ਨਾ ਸੁੰਦਰ ਸਿਆਂ ਉਹ ਅੱਠ ਪਹਿਰ ਸਾਡੇ ਕੰਮ ਵਿੱਚ ਨਹੀਂ ਵਿਘਣ ਪਾਉਂਦਾ ਰਿਹਾ ਤੇ ਅਸੀਂ ਉਹਦੇ ਕੰਮ ਵਿੱਚ ਹੁਣ ਕਿਉਂ ਵਿਘਣ ਪਾਉਂਦੇ? ਉਹਨੂੰ ਵੀ ਚਾਰ ਗਾਲਾਂ ਕੱਢ ਲੈਂਦੇ ਤਾਂ ਕਿਹੜੀ ਗੱਲ ਹੈ? ਸਾਂਝੀ ਸੁੰਦਰ ਸਿੰਘ ਦੀ ਫੁੱਬ ਨਿਕਲ ਗਈ, ਚੀਕ ਨਿਕਲ ਗਈ, ਡਿੱਗ ਪਿਆ ਪੈਰਾਂ ਤੇ। ਕਹਿੰਦਾ ਗਰੀਬ ਨਵਾਜ ਤੁਸੀਂ ਧੰਨ ਹੋ, ਜੇ ਤੁਸੀਂ ਇਹ ਅੱਜ ਗੱਲ ਨਾ ਕਰਦੇ ਹੋ ਤੇ ਸਾਡਾ ਘਰ ਉੱਜੜ ਜਾਂਦਾ ਸੀ, ਮੈਂ ਮਰ ਜਾਂਦਾ ਤਾਂ ਵੀ ਉੱਜੜ ਜਾਂਦਾ ਸੀ, ਉਹ ਮਰ ਜਾਂਦਾ ਤਾਂ ਵੀ ਸਾਡਾ, ਪਰ ਧੰਨ ਤੁਸੀਂ ਜਿਹਨਾਂ ਨੇ ਸਾਡਾ ਘਰ ਬਚਾ ਲਿਆ। ਸੁੰਦਰ ਸਿੰਘ ਨਾ ਜਿਹਨਾਂ ਦੇ ਉਹ ਹੀ ਹੁੰਦੇ ਨੇ ਜਿਹੜੇ ਸੁੰਦਰ ਕੰਮ ਕਰਦੇ ਹਨ। ਇਹ ਵੀ ਸੁੰਦਰ ਸੁਰੀ ਜਿਹੜੇ ਮੰਜੀ ਤੋੜ ਵਾਲੇ ਸਨ, ਇਹ ਵੀ ਬੜੇ ਸੁੰਦਰ ਸੁੰਦਰ ਕੰਮ ਕਰਿਆ ਕਰਦੇ ਸਨ, ਇਹ ਬੜੇ ਕਾਰੀਗਰ ਸਨ। ਲਾਹੌਰ ਚਲੇ ਗਿਆ, ਉੱਥੇ ਇੱਕ ਵਾਟਰਲਾ ਅੰਗਰੇਜ਼ ਸੀ, ਉਹਦੀ ਕੰਪਨੀ ਵਿੱਚ ਇਹ ਜਾ ਕੇ ਕੰਮ ਕਰਨ ਲੱਗ ਪਿਆ। ਸਿਆਣੇ ਬੜੇ ਸਨ ਔਰ ਕੰਮ ਵੀ ਦੂ ਚਾਊ ਬੰਦਿਆਂ ਜਿਹਨਾਂ ਕਰ ਜਾਂਦੇ ਸਨ। ਇਹਨਾਂ ਨੂੰ ਕਦੇ ਨਾ ਉਸ ਵਾਟਰ ਲਾ ਨੇ ਆਖਣਾ ਬਈ ਤੂੰ ਕੁਕਿਆ ਘੱਟ ਕੰਮ ਕਰ ਜਾਂ ਵੱਧ ਕਰ, ਉਹਨੂੰ ਪਤਾ ਸੀ ਵੀ ਆਖਣ ਤੋਂ ਬਗੈਰ ਹੀ ਬਹੁਤਾ ਕੰਮ ਕਰ ਜਾਂਦਾ। ਉਹਨਾਂ ਨੇ 5-10 ਦਿਨ ਕੰਮ ਕਰਨਾ, ਫਿਰ ਘਰ ਚਲੇ ਜਾਣਾ, ਫਿਰ ਕੰਮ ਤੇ ਨਹੀਂ ਕਈ ਦਿਨ ਆਉਣਾ ਤੇ ਉਹਨਾਂ ਪੁੱਛਣਾ ਵੀ ਨਾ, ਚੁੱਪ ਕਰ ਰਹਿਣਾ।
ਸਰਦਾ ਬਣੀ ਸੀ ਉਸ ਵਾਟਰਲਾ ਸਾਹਿਬ ਜਿਹੜਾ ਸੀ, ਜਿਸ ਵਕਤ ਉਹ ਤੇ ਸਰਦਾ ਵੀ ਰੱਖਦੇ ਸਨ, ਕਿਉਂ ਉਹਨਾਂ ਦਾ ਆਤਮਾ ਚੰਗਾ ਸੀ, ਉਹ ਚੰਗੇ ਕਰਮ ਕਰਦੇ ਸਨ। ਜਦੋਂ 5-7 ਦਿਨ ਘਰ ਬਹਿ ਕੇ ਸਿਮਰਨ ਕਰਦਿਆਂ ਰਹਿਣਾ, ਜਦੋਂ ਰਾਸ਼ਨ ਰੂਸਨ ਮੁੱਕ ਜਾਣਾ ਨਾ, ਫਿਰ ਕੰਮ ਤੇ ਆ ਜਾਣਾ। ਤੇ ਜਦੋਂ ਕੰਮ ਤੇ ਆਉਣਾ ਤੇ ਫਿਰ ਉਹ ਸਾਹਿਬ ਨੇ ਪੁੱਛਣਾ, ਤੂੰ ਕਿਹਾ ਅੱਜ ਆਟਾ ਮੁੱਕ ਗਿਆ ਹੋਣਾ, ਤਾਂ ਹੀ ਆਇਆ ਤੂੰ ਕੰਮ ਤੇ। ਬੜੀ ਖੁਸ਼ੀ ਨਾਲ ਇਸੇ ਤਰ੍ਹਾਂ ਉਹਨਾਂ ਗੱਲਾਂ ਕਰਨੀਆਂ, ਹੱਸਦਿਆਂ ਹੱਸਦਿਆਂ। ਆ ਵੱਡੇ ਦਿਨ ਆ ਗਿਆ ਉਹਨਾਂ ਦੀ, ਵੱਡੇ ਦਿਨ ਆ ਗਿਆ। ਤੇ ਜਿਹੜੇ ਸਾਡੇ ਉਹ ਸਾਰੇ ਨੌਕਰ ਸਨ ਨਾ ਉਹਨਾਂ ਦੇ ਕਾਰਖਾਨੇ 'ਚ, ਉਹਨਾਂ ਨੇ ਆਖਿਆ ਭਾਈ ਇਉਂ ਕਰੀਏ, ਇਹਨਾਂ ਦੇ ਵੱਡੇ ਦਿਨ ਨੇ ਤੇ ਹੋਵੇ ਨਾ ਤੇ ਕੋਈ ਡਾਲੀ ਦੇਈਏ ਇਹਨਾਂ ਨੂੰ, ਲੋਕੀ ਦਿੰਦੇ ਨੇ ਨਾ, ਕੁਝ ਅਸੀਂ ਚੀਜ਼ਾਂ ਇਕੱਠੀਆਂ ਕਰਕੇ ਤੇ ਅੰਗਰੇਜ਼ ਨੂੰ ਦੇਈਏ। ਅਸੀਂ ਕਿਉਂ, ਇਹਨਾਂ ਦੇ ਵੱਡੇ ਦਿਨ ਜੋ ਆਏ ਨੇ। ਤੇ ਸੰਤ ਕਹਿੰਦੇ ਨੇ ਵੱਡੇ ਦਿਨ ਵੀ ਇਹਨਾਂ ਦੇ, ਤੇ ਅਸੀਂ ਇਹਨਾਂ ਨੂੰ ਇਹ ਸਗੋਂ ਇਹ ਸਾਨੂੰ ਦੇਣ, ਹਾਂ ਇਹ ਸਾਨੂੰ ਦੇਣ, ਹਾਂ ਕੋਈ ਦੇਣਾ ਨਹੀਂ, ਵੱਡੇ ਦਿਨ ਇਹਨਾਂ ਦੇ ਦਿਨ ਨੇ, ਸਾਡੇ ਦਿਨ ਤੇ ਨਹੀਂ ਨਾ। ਸਾਨੂੰ ਆ ਜਿੰਨੀ ਅਸੀਂ ਬੈਠੇ ਹਾਂ ਨਾ, ਸਾਡੇ ਤੇ 100 ਸਾਲ ਤੱਕ ਅੰਗਰੇਜ਼ਾਂ ਦਾ ਗਲਬਾ ਰਿਹਾ, ਹਕੂਮਤ ਰਹੀ ਆ, ਸਾਨੂੰ ਅੰਗਰੇਜ਼ੀ ਮਹੀਨੇ ਸਾਰੇ ਆਉਂਦੇ ਨੇ, ਅੰਗਰੇਜ਼ੀ ਮਹੀਨਿਆਂ ਦੀਆਂ ਤਾਰੀਖਾਂ ਆਉਂਦੀਆਂ ਨੇ, ਪਰ ਸਾਨੂੰ ਹੋ ਸਕਦਾ ਦੇਸੀ ਮਹੀਨਿਆਂ ਦੇ ਨਾਮ ਹੀ ਨਾ ਬਹੁਤਿਆਂ ਨੂੰ ਮੇਰੇ ਵਰਗਿਆਂ ਨੂੰ ਯਾਦ ਹੋਣ। ਪਰ ਅੱਜ ਨਹੀਂ ਪਤਾ, ਜੇ ਪੁੱਛੀਏ ਨਾ ਬਹੁਤਿਆਂ ਨੂੰ, ਤਾਂ ਸਾਨੂੰ ਅੱਜ ਨਹੀਂ ਪਤਾ ਵੀ ਅੱਜ ਹੁਣ ਅੱਸੂ ਦੀ ਕਿੰਨੀ ਤਰੀਕ ਹੋ ਗਈ ਹੈ। ਤਾਂ ਜੇ ਅੰਗਰੇਜ਼ੀ ਦੀ ਪੁੱਛੋ ਤਾਂ ਸਾਰੇ ਨਹੀਂ ਕਹਿੰਦੇ ਕਿ ਮੁੰਡੇ ਦੱਸ ਦੇਣਗੇ। ਉਹ ਕਹਿੰਦਾ ਇਹਨਾਂ ਦੇ ਵੱਡੇ ਦਿਨ ਨੇ, ਸਾਡੇ ਤੇ ਨਹੀਂ ਨਾ ਵੱਡੇ ਦਿਨ, ਇਹਨਾਂ ਨੂੰ ਚਾਹੀਦਾ ਸਗੋਂ ਸਾਡਾ, ਸਾਨੂੰ ਕੁਝ ਦੇਣਾ। ਜਦੋਂ ਉਸ ਸਾਹਿਬ ਨੇ ਇਹ ਗੱਲ ਸੁਣੀ ਨਾ, ਉਹਦੇ ਮਨ ਤੇ ਬੜਾ ਅਸਰ ਜਿਹਾ ਹੋਇਆ। ਕਹਿੰਦਾ ਕੂਕੇ ਦੀ ਗੱਲ ਤੇ ਚੰਗੀ ਹੈ, ਹੈ ਤੇ ਇਹਦੀ ਗੱਲ ਸਹੀ। ਉਹਨਾਂ ਫਿਰ ਸਾਰਿਆਂ ਨੂੰ ਸੱਦ ਕੇ ਨਾ ਤੇ 2-2 ਰੁਪਈਏ ਦਿੱਤੇ। ਉਹਨਾਂ ਨੇ ਬੜਾ ਧੰਨਵਾਦ ਕੀਤਾ ਤੇ 2-2 ਰੁਪਈਏ ਸਾਰਿਆਂ ਲੈ ਲੈ। ਪਰ ਜਦੋਂ ਸੰਤਾਂ ਨੂੰ 2 ਰੁਪਈਏ ਦੇਣ ਲੱਗੇ ਨਾ, ਕਹਿੰਦਾ ਆਹਾਂ ਤੇ ਮੈਂ ਤੇ ਨਹੀਂ ਲੈਣੇ ਇਹ 2 ਰੁਪਈਏ। ਇਹ ਜੀ ਕੀ ਗੱਲ, ਇਹ ਇਸ ਵਾਸਤੇ ਵੀ ਮੈਂ ਹਰਾਮ ਦੀ ਖੱਟੀ ਨਹੀਂ ਖਾਣੀ, ਮੈਂ ਕੰਮ ਤੋਂ ਬਗੈਰ ਨਹੀਂ ਲੈਣੇ, ਮੇਰੇ ਸਤਿਗੁਰੂ ਦਾ ਹੁਕਮ ਹੈ ਕੰਮ ਕਰਕੇ ਕਿਸੇ ਦਾ ਫਿਰ ਪੈ ਜਾਈਏ ਲਿਓ, ਮੈਂ ਤੇਰੇ 2 ਰੁਪਈਏ ਨਹੀਂ ਲੈ। ਉਹਨਾਂ ਨਹੀਂ ਉਹਦੇ ਕੋਲੋਂ 2 ਰੁਪਈਏ ਲੈ, ਉਹਨਾਂ ਆਖਿਆ ਮੈਂ ਕੰਮ ਕਰਾਂਗਾ ਤੇ ਫਿਰ ਤੇਰੇ ਕੋਲੋਂ ਲਾਂਗਾ। ਇਸੇ ਤਰ੍ਹਾਂ ਭਾਵੇਂ ਤੁਹਾਡੇ ਵੱਡੇ ਦਿਨ ਨੇ, ਅਸੀਂ ਐਵੇਂ ਵਾਧੂ ਸਭ ਤੋਂ ਜ਼ਿਆਫਤਾਂ ਖਾਣ ਵਾਸਤੇ ਨਹੀਂ ਆਏ ਤੁਹਾਡੇ ਕੋਲ। ਇਹੋ ਹੀ ਬਾਬੇ ਸੁੰਦਰ ਸਿੰਘ ਹੋਰੀ, ਤੁਸੀਂ ਜਾਣਦੇ ਹੋ ਸਾਰੇ, ਇੱਕ ਮਾਸਟਰ ਸੁਹਾਵਾ ਸਿੰਘ ਵੀ ਹੋਏ ਨੇ, ਜਿਹੜੇ ਸੰਤ ਅਮਰ ਸਿੰਘ ਜੀ ਨੇ ਕੋਠੀ ਵਾਲੇ, ਜਿਨ੍ਹਾਂ ਦੇ ਸਤਿਗੁਰਾਂ ਦੀ ਖਾਸ ਕਿਰਪਾ, ਉਹਨਾਂ ਦੇ ਨਾਨਾ ਸਾਹਿਬ ਸਨ। ਇਹ ਟੈਕਨੀਕਲ ਕਾਲਜ ਲਾਹੌਰ ਵਿੱਚ ਮਾਸਟਰ ਹੁੰਦੇ ਸਨ, ਮਾਸਟਰ ਸੁਹਾਵਾ ਸਿੰਘ ਜੀ। ਏਡੇ ਕੱਟੜ ਸਿੰਘ ਸਭੀਏ ਹੁੰਦੇ ਸਨ, ਕਹਿੰਦੇ ਹੁੰਦੇ ਸਨ ਜੇ ਮੇਰੇ ਕਦੇ ਹਥਿਆਰ ਹੋਵੇ ਨਾ ਤੇ ਮੈਂ ਕੂਕਿਆਂ ਨੂੰ ਧਰਤੀ ਤੇ ਨਾ ਫਿਰਨ ਦਿਆਂ, ਮੈਂ ਇਹਨਾਂ ਨੂੰ ਧਰਤੀ ਤੋਂ ਨਾ ਛੱਡਾਂ। ਇਹਦੇ ਸਮਝੋ ਕੱਟੜ ਸਨ, ਕਿੱਥੇ ਖਲੋਣਾ, ਹਮੇਸ਼ਾ ਕੂਕਿਆਂ ਦੇ ਬਰਖਿਲਾਫ ਹੀ ਗੱਲਾਂ ਕਰਦੀਆਂ ਰਹਿਣਾ। ਕੁਦਰਤ ਮਹਾਰਾਜ ਦੀ, ਇਹ ਰਾਤ ਨੂੰ ਸੁੱਤੇ ਹੋਏ, ਜਦੋਂ ਰਾਤ ਨੂੰ ਸੁੱਤੇ ਸਨ ਤੇ ਸੰਤ ਸੁੰਦਰ ਸੁਰਾਂ ਨੇ ਫਿਰ ਉਹਨੂੰ ਰਾਤ ਨੂੰ ਸੁਪਨੇ 'ਚ ਸੁੱਤਿਆਂ ਨੂੰ ਦਰਸ਼ਨ ਦਿੱਤੇ। ਸੁਪਨੇ ਦਰਸ਼ਨ ਦੇ ਕੇ ਕੰਨ 'ਚ ਭਜਨ ਦੇ ਦਿੱਤਾ, ਭਜਨ ਦੇ ਕੇ ਆਖਿਆ ਤੂੰ ਗੁਰੂ ਰਾਮ ਸਿੰਘ ਦਾ, ਤੇ ਗੁਰੂ ਰਾਮ ਸਿੰਘ ਨੂੰ ਗੁਰੂ ਮੰਨਣਾ ਤੇ ਗੁਰੂ ਰਾਮ ਸਿੰਘ ਦੇ ਘਰ ਆ ਜਾ, ਤੇਰੀ ਮੁਕਤੀ ਤੇਰਾ ਭਲਾ ਗੁਰੂ ਰਾਮ ਸਿੰਘ ਦੇ ਘਰ ਤੋਂ ਬਗੈਰ ਨਹੀਂ ਹੋਣਾ। ਸੁਪਨੇ 'ਚ ਇਹਦੀ ਗੱਲ ਕਰ ਕੇ ਚਲੇ ਗਿਆ। ਜਦੋਂ ਮਾਸਟਰਾਂ ਨੂੰ ਜਾਗ ਆਈ, ਆਂਦਾ ਕੀ ਹੋਇਆ, ਓਏ ਮੈਂ ਤੇ ਇਹਨਾਂ ਕੂਕਿਆਂ ਨੂੰ ਫੁੱਟੀ ਅੱਖ ਵੇਖਣਾ ਨਹੀਂ ਸੱਚ ਆਉਂਦਾ, ਤੇ ਸੁਪਨੇ ਵਿੱਚ ਮੈਨੂੰ ਸਮਝੋ ਕੂਕਾ ਆ ਕੇ ਭੱਜ ਦੇਖ ਗਿਆ, ਨਾਲੇ ਆਂਦਾ ਗੁਰੂ ਰਾਮ ਸਿੰਘ ਦਾ ਉਹਦੇ ਉੱਤੇ ਯਕੀਨ ਰੱਖ। ਮਨ ਵਿੱਚ ਕਹਿੰਦਾ ਸੁਪਨੇ 'ਚ ਦੇਖ ਗਿਆ ਨਾ ਭਜਨ,
ਸੁਪਨੇ ਦਾ ਤੇ ਪਤਾ ਨਹੀਂ ਨਾ ਹੁੰਦਾ, ਜੇ ਕਦੇ ਮੇਰੇ ਸਾਹਮਣੇ ਆ ਕੇ ਦੱਸਦਾ ਤੇ ਫੇਰ ਮੈਂ ਉਹਦੇ ਨਾਲ ਜਿਹੜਾ ਹਾਲ ਕਰਦਾ ਉਹਨੂੰ ਪਤਾ ਲੱਗ ਜਾਂਦਾ। ਕਦੇ ਮੇਰੇ ਸਾਹਮਣੇ ਆ ਕੇ ਗੱਲ ਕਰੇ ਹਾਂ ਫੇਰ ਮੈਂ ਦੱਸਾਂਗਾ ਵੀ ਕਿਸ ਤਰ੍ਹਾਂ ਭਜਨ ਦੇਈਦਾ। ਤੇ ਨਾਲੇ ਆਉਂਦਾ ਗੁਰੂ ਰਾਮ ਸਿੰਘ ਤੇ ਯਕੀਨ ਰੱਖੀ, ਗੁਰੂ ਗੋਬਿੰਦ ਸਿੰਘ ਤੋਂ ਅੱਗੇ ਕਿਹੜਾ ਗੁਰੂ ਹੋਇਆ, ਐਵੇਂ ਸਮਝ ਝੂਠ ਬੋਲ ਬੋਲ ਕੇ ਲੋਕਾਂ ਨੂੰ ਪ੍ਰਚਾਰ ਕਰਦੇ ਨੇ, ਇਹ ਮੇਰੇ ਨਾਲ ਬੜਾ ਵਾਅਦਾ ਕਰ ਗਿਆ ਪਰ ਸੁਪਨੇ ਵਿੱਚ ਹੀ ਕਰ ਗਿਆ ਨਾ। ਉਂਝ ਤੇ ਆਖੀ ਜਾਏ ਪਰ ਸੰਜੀ ਅੰਦਰ ਘੌਂ ਮੂੰਹ ਹੋਣ ਲੱਗ ਪਿਆ। ਮਨ ਵਿੱਚ ਸੋਚਦਾ ਉਹ ਜੇ ਕਿਤੇ ਦਿਨੇ ਮੇਰੇ ਸਾਹਮਣੇ ਆ ਗਿਆ ਤੇ ਮੈਂ ਕੀ ਕਰਾਂਗਾ, ਜੇ ਮੇਰੇ ਸਾਹਮਣੇ ਕਿਤੇ ਦਿਨੇ ਆ ਗਿਆ ਤੇ ਮੈਂ ਉਹਨੂੰ ਕੀ ਆਖਾਂਗਾ। ਇਸੇ ਤਰ੍ਹਾਂ ਦੀਆਂ ਮਨ ਵਿੱਚ ਵਿਚਾਰਾਂ ਕਰਦਾ ਕਰਦਾ ਬੜਾ ਸੋਚਦਾ ਰਹਿੰਦਾ। ਇੱਕ ਦਿਨ ਕੁਦਰਤ ਮਹਾਰਾਜ ਦੀ ਮਨ ਵਿੱਚ ਸੋਚਦਾ ਕਹਿੰਦਾ ਗੱਲ ਤੇ ਉਂਝ ਠੀਕ ਹੈ, ਭਜਨ ਦੇ ਗਿਆ, ਜਿਹੜਾ ਭਜਨ ਦਿੱਤਾ ਸੋ ਇਹ ਤੇ ਚੰਗੀ ਚੀਜ਼ ਹੈ, ਜਿਹੜਾ ਮੈਂ ਦੱਸਾਂ ਵੀ ਮੁਸਲਮਾਨ ਹੀ ਕਲਾਮ ਪੜ੍ਹਦੇ ਨੇ ਇਹ ਤੇ ਮੇਰਾ ਸ਼ੰਕਾ ਦੂਰ ਹੋ ਗਿਆ, ਜੇ ਮੁਸਲਮਾਨ ਹੀ ਕਲਾਮ ਪੜ੍ਹਦੇ ਤਾਂ ਮੇਰੇ ਕੰਨ 'ਚ ਉਹੀ ਦੇ ਕੇ ਜਾਂਦਾ, ਇਹ ਤੇ ਚੰਗੀ ਗੱਲ ਕਰ ਗਿਆ, ਹੈ ਭਜਨ ਜਿਹੜਾ ਉਹ ਹੀ ਹੈ ਗੁਰੂ ਨਾਨਕ ਦਾ, ਪਰ ਮੈਨੂੰ ਜਿਹੜਾ ਆ ਗਿਆ ਨਾ ਉਹਨਾਂ ਤੇ ਯਕੀਨ ਰੱਖੀ ਬਾਰਵੇਂ ਪਾਤਸ਼ਾਹ ਤੇ ਇਹ ਨਹੀਂ ਮੇਰਾ ਮਨ ਮੰਨਦਾ। ਇਸੇ ਤਰ੍ਹਾਂ ਦਾ ਮਨ ਉਹ ਜਿਹਾ ਹੁਣ ਡਾਵਾਂ ਡੋਲ ਜਿਹਾ ਹੋ ਗਿਆ। ਤਾਂ ਇਹ ਖਬਰ ਸੰਤ ਇੱਕ ਦਿਨ ਪੁੱਛਦੇ ਪੁਛਾਉਂਦੇ ਮਾਸਟਰ ਸੁਹਾਵਾ ਸੁਰਾਂ ਦਾ ਨਾਂ, ਉਹਦੀ ਜਮਾਤ ਕਲਾਸ ਜਿੱਥੇ ਪੜਾਉਂਦੇ ਸਨ ਉੱਥੇ ਹੀ ਆ ਗਿਆ। ਜਦੋਂ ਉਹਨਾਂ ਵੇਖਿਆ ਵੀ ਉਹ ਆਇਆ ਜਿਸ ਨੇ ਮੈਨੂੰ ਸੁਪਨੇ 'ਚ ਦਰਸ਼ਨ ਦਿੱਤਾ ਸੀ, ਸੰਤ ਜੀ ਬੁੱਤ ਬਣ ਗਿਆ, ਉਹਨਾਂ ਦੇ ਸਾਹਮਣੇ ਗੱਲ ਹੀ ਨਹੀਂ ਕੋਈ ਕਰ ਸਕਿਆ, ਕੋਈ ਗੱਲ ਨਹੀਂ ਕੀਤੀ, ਤੇ ਸੰਤਾਂ ਵੀ ਕੋਈ ਵਾਧੀ ਗੱਲ ਨਹੀਂ ਕੀਤੀ। ਖਲੋ ਕੇ ਨਾ ਇੱਕ ਮਿੰਟ ਉਹਦੇ ਸਾਹਮਣੇ ਸੁਹਾਵਾ ਸੁਰਾਂ ਦੇ ਆਉਂਦੇ ਨੇ, ਸੁਹਾਵਾ ਸਿਆ ਮਹੀਨੇ ਨੂੰ ਆ ਕੇ ਤੈਨੂੰ ਫਿਰ ਮੈਂ ਭਜਨ ਦਿਆਂਗਾ। ਇੰਨੀ ਗੱਲ ਆ ਕੇ ਜਿੱਧਰੋਂ ਆਏ ਸਨ ਉਸ ਵਕਤ ਚਲੇ ਗਏ। ਜਦੋਂ ਸੰਤ ਚਲੇ ਗਿਆ ਹੁਣ ਸੁਹਾਵਾ ਸਿੰਘ ਦਾ ਮਨ ਅੱਗੇ ਨਾਲ ਹੋਰ ਹੋ ਗਿਆ, ਹੁਣ ਦਰਸ਼ਨ ਕਰ ਲੈਂਦੇ ਨਾ ਸਾਖਿਆਤ, ਦਰਸ਼ਨਾਂ ਦਾ ਅਸਰ ਪੈ ਗਿਆ, ਜੀਵਨੀ ਦਾ ਅਸਰ ਪੈ ਗਿਆ। ਹੁਣ ਮਨ ਵਿੱਚ ਆਉਂਦਾ ਓਏ ਕਦੋਂ ਮਹੀਨਾ ਮੁੱਕੇਗਾ ਤੇ ਫਿਰ ਆ ਕੇ ਮੈਨੂੰ ਦਰਸ਼ਨ ਦੇ ਕੇ ਮੇਰਾ ਭਲਾ ਕਰ, ਛੇਤੀ ਛੇਤੀ ਮਹੀਨਾ ਮੁੱਕੇ ਤੇ ਫਿਰ ਦਰਸ਼ਨ ਆ ਕੇ ਦੇ। ਫਿਰ ਮਹੀਨੇ ਤੋਂ ਬਾਅਦ ਸੰਤ ਫਿਰ ਆ ਗਿਆ, ਜਦੋਂ ਫਿਰ ਆ ਕੇ ਸੰਤਾਂ ਨੇ ਨਾ ਉਹਦੇ ਕੰਨ ਦੇ ਵਿੱਚ ਭਜਨ ਦੇ ਦਿੱਤਾ ਤੇ ਭਜਨ ਦੇ ਕੇ ਆਖਿਆ ਤੂੰ ਗੁਰੂ ਰਾਮ ਸਿੰਘ ਦਾ, ਅੱਜ ਤੋਂ ਗੁਰੂ ਰਾਮ ਸਿੰਘ ਨੂੰ ਗੁਰੂ ਮੰਨਣਾ, ਹੋਰ ਕਿਸੇ ਪਾਸੇ ਧਿਆਨ ਨਹੀਂ ਕਰਨਾ। ਬਸ ਇੰਨੀ ਕੁ ਗੱਲ ਆ ਕੇ ਸੰਤ ਭਜਨ ਦੇ ਕੇ ਤੇ ਫਿਰ ਤੁਰ ਗਿਆ। ਜਦੋਂ ਸੰਤ ਨਿਕਲ ਗਿਆ ਉਹਦੇ ਮਨ ਵਿੱਚ ਸ਼ਾਂਤ ਜਿਹੀ ਆ ਗਈ। ਜਦੋਂ ਕੰਨ ਵਿੱਚ ਸੰਤ ਜੀ ਭਜਨ ਜਿਹੜਾ ਨਾ ਇਹ ਪਿੱਛੇ ਦੇਣ ਵਾਲੇ ਦੀ ਸ਼ਕਤੀ ਹੁੰਦੀ ਹੈ ਤੇ ਤਾਂ ਹੀ ਅੱਗੇ ਜਾ ਕੇ ਸਮਝੋ ਕੁਝ ਕਰ। ਜਿਹੜੇ ਸੰਤ ਸੁੰਦਰ ਸਿੰਘ ਜੀ ਪੂੰਗਾ ਵਾਲੇ ਸਨ ਨਾ ਉਹ ਆਉਂਦੇ ਹੋ ਬੰਦੇ ਦੀ ਤੇ ਗੱਲ ਛੱਡ ਦਿਓ, ਉਹ ਇੰਨਾ ਸਤਿਕਾਰ ਕਰਿਆ ਕਰਦੇ ਸਨ। ਉਹਨਾਂ ਨੇ ਚੇਤ ਸਿੰਘ ਹੋਰਾਂ ਕੋਲੋਂ ਭਜਨ ਪੁੱਛਿਆ ਸੀ, ਚੇਤ ਸਿੰਘ ਜੀ ਕੱਕੇ ਕੇ ਆਉਂਦੇ ਸਨ ਔਰ ਇਹਨਾਂ ਆਪਣੇ ਭਜਨ ਗੁਰੂ ਦਾ ਸਤਿਕਾਰ ਕਰਿਆ ਕਰਦੇ ਸਨ। ਜਦੋਂ ਸੰਦਰ ਸੁੰਦਰ ਸਿੰਘ ਜੀ ਜਿਹੜੇ ਪਹੁ ਪਿੰਡ ਦੇ ਸਨ ਤੇ ਪਹੁ ਸਿੰਘ ਦਾ ਪਹਿਲਾ ਨਾਂ ਸੀ ਤੇ ਪਹੁ ਸਿੰਘ ਤੋਂ ਫਿਰ ਇਹਨਾਂ ਦਾ ਨਾਂ ਸੁੰਦਰ ਸਿੰਘ ਪਿਆ ਸੀ, ਇਹ ਜਦੋਂ ਕੱਕੇ ਕੇ ਆਦੀ ਜੂਹ ਵਿੱਚ ਜਾਂਦੇ ਸਨ ਨਾ ਸਾਧ ਜੀ ਜੋੜਾ ਬਾਹਰ ਲਾ ਕੇ ਜਾਂਦੇ ਸਨ, ਆਉਂਦੇ ਹਨ ਮੇਰੇ ਸਤਿਗੁਰ ਜਿਹੜਾ ਭਜਨ ਗੁਰੂ ਹੈ ਉਹਦੀ ਜੂਹ, ਇਸ ਜੂਹ ਦੇ ਵਿੱਚ ਮੈਂ ਜੁੱਤਾ ਵੀ ਨਾਲ ਲੈ ਕੇ ਜਾਵਾਂ। ਸਿੱਖਾਂ ਦਾ ਕਿੰਨਾ ਇਤਕਾਦ ਹੁੰਦਾ ਸੀ, ਕਿੰਨਾ ਯਕੀਨ ਹੁੰਦਾ ਸੀ ਸਿੱਖਾਂ ਦਾ, ਆਖੋ ਧੰਨ ਸਤਿਗੁਰੂ ਪ੍ਰਤਾਪ ਸਿੰਘ ਜੀ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਿਸ ਵਕਤ ਪੈਣੀ ਸਾਹਿਬ ਉਹ ਦੌਰੇ ਜਾਂਦੇ ਸਨ, ਇੱਥੋਂ ਦੇ ਸਿੱਖਾਂ ਨੂੰ ਦੱਸਣਾ ਵੀ ਅਸੀਂ ਲਹਿੰਦੇ ਨੂੰ ਚੱਲੀਆਂ ਦੌਰੇ,
ਜਿੰਨੇ ਇੱਥੇ ਖਾਸ ਸ਼ਰਧਾਲੂ ਬਹੁਤੇ ਸਿੱਖ ਸਨ, ਸਤਿਗੁਰੂ ਉੱਥੋਂ ਭਾਵੇਂ ਦੌਰਾ ਹੋਰ ਪਾਸੇ ਨੂੰ ਕਰਕੇ ਚੜ੍ਹਦੇ ਨੂੰ ਚਲੇ ਜਾਣ, ਦੱਖਣ ਨੂੰ ਚਲੇ ਜਾਣ, ਪਹਾੜ ਨੂੰ ਚਲੇ ਜਾਣ, ਪਰ ਉਹ ਉਦੋਂ ਤੱਕ ਜਦੋਂ ਤੱਕ ਸਤਿਗੁਰੂ ਪ੍ਰਤਾਪ ਸਿੰਘ ਜੀ ਵਾਪਸ ਨਹੀਂ ਸਾ ਆ ਜਾਂਦੇ, ਤਦ ਤੱਕ ਸਾਧ ਸੰਗਤ ਜੀ ਲਹਿੰਦੇ ਵੱਲ ਕਰਕੇ ਪੈਰ ਨਹੀਂ ਸਰਸਾਉਂਦੇ ਹੁੰਦੇ, ਉਹ ਮੰਜੇ ਦੀਆਂ ਪਾਂਦਾ ਨਹੀਂ ਸਰ ਕਰਦੇ ਲੈਂਦੇ। ਇਹਨਾਂ ਉਹਨਾਂ ਦਾ ਕਿਸੇ ਨੂੰ ਕੁਝ ਆਉਂਦਾ ਸੀ, ਉਹਨੂੰ ਆਪਣੇ ਗੁਰੂ ਤੇ ਯਕੀਨ ਹੁੰਦਾ ਸੀ ਸਿੱਖ ਨੂੰ। ਇੱਕ ਦਿਨ ਬੈਠਿਆਂ ਬੈਠਿਆਂ ਗੱਲਾਂ ਚੱਲ ਪਈਆਂ, ਯਕੀਨ ਵੇਖੋ ਸਤਿਗੁਰਾਂ ਦਾ, ਸਤਿਗੁਰਾਂ ਦੇ ਉੱਤੇ ਸਿੱਖ ਦਾ। ਕਾਹਨ ਸਿੰਘ ਜੀ ਢਿੱਲੋਂ ਹੋਏ ਨੇ, ਠੀਕ ਹੈ ਸੂਬਾ ਜੀ, ਆਹੋ ਇਹ ਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਸਿੱਖ ਹੋਏ ਨੇ। ਇਹਨਾਂ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦਾ ਲੰਗਰ ਕੀਤਾ, ਬੁਰਜੀ ਲੰਗਰ ਕੀਤਾ, ਸਤਿਗੁਰੂ ਰਾਮ ਸਿੰਘ ਉੱਥੇ ਆਏ, ਉਹਨਾਂ ਨੇ 500 ਰੁਪਈਆ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕਿਆ, ਬਾਜੇ ਬਾਜੇ 500 ਰੁਪਈਆ ਮੱਥਾ ਟੇਕਿਆ। ਜਦੋਂ 500 ਰੁਪਈਆ ਮੱਥਾ ਟੇਕਿਆ ਤਾਂ ਦੂਜੇ ਨੰਬਰਦਾਰ ਨੇ ਜਾ ਕੇ ਰਾਜਾ ਜਿਹੜਾ ਸੀ ਫਰੀਦਕੋਟ ਵਾਲਾ ਉਹਦੇ ਅੱਗੇ ਸ਼ਿਕਾਇਤ ਕਰ ਦਿੱਤੀ। ਉਹਨੇ ਆਖਿਆ ਤੈਨੂੰ 1 ਰੁਪਈਆ ਕਾਹਨ ਸਿੰਘ ਮੱਥਾ ਟੇਕਦਾ ਤੇ ਤਰਖਾਨ ਨੂੰ 500 ਰੁਪਈਆ ਮੱਥਾ ਟੇਕਿਆ ਸੀ। ਉਹਨੇ ਫਿਰ ਬੁਲਾ ਲਿਆ, ਕਹਿੰਦੇ ਨੇ ਦੱਸ ਭਾਈ ਉਹ ਤਰਖਾਨ ਨੂੰ 500 ਰੁਪਈਆ ਮੱਥਾ ਟੇਕਿਆ ਈ ਤੇ ਮੈਨੂੰ 1 ਰੁਪਈਆ। ਕਾਹਨ ਸਿੰਘ ਆਖਦੇ ਨੇ ਰਾਜਾ ਸਾਹਿਬ ਗੱਲ ਇਹ ਹੈ ਤੁਹਾਡਾ ਬਾਣ ਬੰਨਾ ਪਏ ਤੁਹਾਡੀ ਨਜ਼ਰ 1 ਰੁਪਈਆ, ਇਦੂ ਵੱਧ ਕੋਈ ਨੀ, ਇਸ ਵਾਸਤੇ ਤੁਹਾਨੂੰ 1 ਰੁਪਈਆ ਦਿੱਤਾ। ਜੇ ਤੁਹਾਨੂੰ 1 ਰੁਪਈਆ ਨਾ ਨਜ਼ਰ ਕਹੀਏ ਤਾਂ ਤੁਸੀਂ ਨਾਰਾਜ਼ ਹੋ ਜਾਂਦੇ ਹੋ, ਕੈਦ ਵੀ ਕਰ ਸਕਦੇ ਹੋ, ਪਰ ਜਿਹੜਾ ਮੇਰਾ ਸਤਿਗੁਰ ਹੈ ਨਾ ਉਹ ਮੇਰੇ ਕੋਲ ਹੈ ਹੀ 500 ਸੀ, ਜੇ ਹੋਰ ਕੁਝ ਹੁੰਦਾ ਤਾਂ ਮੈਂ ਇਦੂ ਵੀ ਵੱਧ ਟੇਕਦਾ, ਪਰ ਇਹ ਵੀ ਗੱਲ ਨਾਲ ਹੈ ਜੇ ਮੇਰੇ ਕੋਲ ਵੱਧ ਹੁੰਦਾ ਤੇ ਮੈਂ ਹੋਰ ਟੇਕ ਦਿੰਦਾ, ਪਰ ਜੇ ਮੈਂ ਕੋਈ ਵੀ ਨਾ ਟੇਕਦਾ ਤਾਂ ਸਤਿਗੁਰਾਂ ਮੇਰੇ ਤੇ ਨਾਰਾਜ਼ ਫੇਰ ਵੀ ਨਹੀਂ ਸੀ ਹੋਣਾ, ਤੈਨੂੰ 1 ਰੁਪਈਆ ਨਾ ਨਜ਼ਰ ਦਈਏ ਤੂੰ ਨਾਰਾਜ਼ ਹੋ ਜਾਣਾ। ਉਹ ਆਂਦਾ ਇਹ ਗੱਲ ਕਿਉਂ ਤੂੰ ਐਵੇਂ ਵਾਧੂ ਕਰਨ ਡਿਆ ਆ, ਤੂੰ ਹੋਵੇਂ ਕੌਣ, ਮੈਨੂੰ 1 ਰੁਪਈਆ ਤੇ ਤਰਖਾਨ ਨੂੰ 500 ਰੁਪਈਆ ਟੇਕਿਆ। ਉਹ ਰਾਜੇ ਦਾ ਗੁਰੂ ਸੀ ਚੂੜਾ, ਉਹਨੂੰ ਗੁਰੂ ਮੰਨਦਾ ਸੀ, ਉਹ ਸਾਜੇ ਸਿਪਾਹੀ ਸ੍ਰੀ ਆਂਦੇ ਨੇ ਇਹ ਰਾਜਾ ਸਾਹਿਬ ਤੁਹਾਨੂੰ ਇਸ ਗੱਲ ਦਾ ਕੀ, ਕੋਈ ਭਾਵੇਂ ਚੂੜੇ ਨੂੰ ਮੱਥਾ ਟੇਕੇ, ਤੈਨੂੰ ਇਸ ਗੱਲ ਨਾਲ ਕੀ, ਭਾਵੇਂ ਕੋਈ ਚੂੜੇ ਨੂੰ ਮੱਥਾ ਟੇਕੇ। ਹਾਂ ਉਹਨੂੰ ਰੜਕਾਈ ਗੱਲ, ਜਦੋਂ ਰੜਕਾਈ ਉਹਨੂੰ ਫਿਰ ਗੁੱਸਾ ਚੜਿਆ ਤੇ ਉਹਨੂੰ 6 ਮਹੀਨੇ ਕੈਦ ਕਰ ਛੱਡੀ ਉਹਨਾਂ ਕਾਂਸ ਨੇ। ਆਂਦਾ ਕੈਦ ਪਿਛਾ ਕਰਦੇ ਪਰ ਗੁਰੂ ਤੇ ਮੇਰਾ ਭਰੋਸਾ ਉਸੇ ਤਰ੍ਹਾਂ ਰਹੇਗਾ। ਉਹ ਜਿਹੜੇ ਕਾਂਸ ਵੀ ਸਨ ਉਹਨਾਂ ਦੇ ਫਿਰ ਅੱਗੋਂ 4 ਪੁੱਤਰ ਹੋਏ, ਲਾਲ ਸਿੰਘ, ਪਾਲਾ ਸਿੰਘ, ਕਾਕੂਕ ਸਿੰਘ ਤੇ ਬਹਾਲ ਸਿੰਘ, ਇਹ 4 ਉਹਨਾਂ ਦੇ ਪੁੱਤਰ ਹੋਏ। ਜਿਹੜੇ ਲਾਲ ਸਿੰਘ ਵੀ ਸਨ ਇਹਨਾਂ ਦਾ ਪੁੱਤਰ ਫਿਰ ਅੱਗੋਂ ਹਰਦਿਆਲ ਸਿੰਘ ਹੋਇਆ। ਹਰਦਿਆਲ ਸਿੰਘ ਦੇ ਇੱਕ ਬੀਬੀ ਸੀ ਜਿਹੜੀ ਭਾਈ ਕੇ ਕੇਰੇ ਵਿਆਹੀ ਹੋਈ ਸੀ, ਉਹਦੇ ਕੋਈ ਬੱਚੀ ਬੱਚਾ ਨਹੀਂ ਸੀ। ਲਾਲ ਸਿੰਘ ਦੀ ਕੁੜੀ ਜੀ, ਲਾਲ ਸਿੰਘ ਦੀ ਬੱਚੀ ਭਾਈ ਕੇ ਕੇਰੇ ਵਿਆਹੀ ਸੀ ਤੇ ਹਰਦਿਆਲ ਸਿੰਘ ਦੀ ਭੈਣ ਸੀ। ਹਰਦਿਆਲ ਸਿੰਘ ਦਾ ਪੁੱਤਰ ਹੋਇਆ ਗੋ ਬਚਿੱਤਰ ਸਿੰਘ, ਉਸ ਬੀਬੀ ਦੇ ਕੋਈ ਬੱਚਾ ਬੱਚੀ ਬੱਚਾ ਨਹੀਂ ਸੀ। ਉਸ ਫਿਰ ਬਚਿੱਤਰ ਸਿੰਘ ਭਤੀਜਾ ਜਿਹੜਾ ਸੀ ਨਾ ਉਹਨੂੰ ਆਪਣੇ ਕੋਲ ਲੈ ਗਈ, ਉਹਨੂੰ ਜਾ ਕੇ ਆਪਣੀ ਸਾਰੀ ਜਾਇਦਾਦ ਜਿਹੜੀ ਸੀ ਉਹ ਬਚਿੱਤਰ ਸਿੰਘ ਦੇ ਨਾਂ ਉਸਨੇ ਲਵਾ ਦਿੱਤੀ। ਤੇ ਬਚਿੱਤਰ ਸਿੰਘ ਦਾ ਅੱਗੋਂ ਹੋਇਆ ਗੁਰਤੇਜ ਸਿੰਘ ਤੇ ਤੇਜ ਸਿੰਘ, ਇਹਨਾਂ ਨੂੰ ਪਤਾ ਉਹਨਾਂ ਦਾ ਕੀ ਨਾਮ, ਉਹਨੂੰ ਇਹ ਕੋਈ ਪਤਾ ਨਹੀਂ। ਇਹਨਾਂ ਮੇਰਾ ਮਤਲਬ ਸਿਰਫ ਕਹਿਣ ਤੋਂ ਇਹ ਸੀ ਵੀ ਕਾਹਨ ਸਿੰਘਾਂ ਦੀ ਇੰਨੀ ਸ਼ਰਧਾ ਸੀ ਆਪਣੇ ਸਤਿਗੁਰ ਤੇ, ਉਹ ਭਾਵੇਂ ਕੋਈ ਸਾਰਾ ਕੁਝ ਉਲਟ ਹੋ ਜਾਂਦਾ ਪਰ ਉਹ ਆਉਂਦੇ ਹਨ ਸਾਰਾ ਸੰਸਾਰ ਛੱਡ ਸਕਣਾ ਪਰ ਮੈਂ ਸਤਿਗੁਰੂ ਨੂੰ ਨਹੀਂ ਛੱਡ ਸਕਦਾ। ਸਿੱਖ ਦਾ ਇਸੇ ਤਰ੍ਹਾਂ ਯਕੀਨ ਹੁੰਦਾ ਆਪਣੇ
ਸਤਿਗੁਰ ਦੇ ਉੱਤੇ ਜੇ ਸਾਡਾ ਯਕੀਨ ਆ। ਸਤਿਗੁਰ ਰਾਮ ਸਿੰਘ ਸੱਚੇ ਪਾਤਸ਼ਾਹ ਇੱਕ ਵਾਰੀ ਇਸੇ ਤਰ੍ਹਾਂ ਤੁਰੇ ਆਉਂਦੇ ਸਨ, ਅੱਗੇ ਸਿੱਖ ਬੈਠੇ ਸਨ, ਸਤਿਗੁਰ ਤਾਰਨਗੇ ਅਤੀਤ, ਸਤਿਗੁਰ ਤਾਰਨਗੇ। ਉੱਤੋਂ ਗੁਰੂ ਰਾਮ ਸਿੰਘ ਜੀ ਆ ਗਿਆ, ਆਹ ਕੀ ਪੜ੍ਹਦੇ ਆ? ਉਹ ਜੀ ਪੜ੍ਹਦੇ ਆ ਤਾਰਨਗੇ ਅਤੀਤ, ਸਤਿਗੁਰ ਤਾਰਨ। ਕਹਿੰਦੇ ਨਹੀਂ ਉਹ ਨਾ ਪੜ੍ਹੋ, ਇਹ ਕੀ ਪੜ੍ਹੀਏ? ਇਹ ਆਖੋ ਤਾਰੇਗੀ ਪ੍ਰਤੀਤ ਸਿੱਖਾ ਤਾਰੇਗੀ। ਜਿਹਦੀ ਪ੍ਰਤੀਤ ਨਹੀਂ ਸਤਿਗੁਰਾਂ ਤੇ, ਉਹ ਸਮਝੋ ਭਾਵੇਂ ਕਿੰਨੇ ਵੀ ਮੱਥਾ ਟੇਕਦੇ ਰਹਿ, ਜਿਹੜਾ ਆਪਣੇ ਗੁਰੂ ਨੂੰ ਅਕਾਲ ਪੁਰਖ ਨਹੀਂ ਜਾਣਦਾ ਤੇ ਪ੍ਰਤੀਤ ਨਹੀਂ ਤੇ ਉਹ ਭਾਉ ਕੁਝ ਵੀ ਨਹੀਂ ਹੁੰਦਾ। ਸੋ ਮੇਰਾ ਮਤਲਬ ਸਿਰਫ ਕਹਿਣ ਤੋਂ ਇਹ ਸੀ, ਇੰਨੀ ਸ਼ਰਧਾ ਹੁੰਦੀ ਸੀ ਸਿੱਖਾਂ ਦੀ, ਸਤਿਗੁਰਾਂ ਜਦੋਂ ਦੌਰੇ ਜਾਣਾ ਪੈਰ ਦੀ ਉਧਰ ਕਰਕੇ ਸੌਣਾ, ਇੰਨੀ ਆਪਣੇ ਮਨ ਦੇ ਵਿੱਚ ਸਤਿਗੁਰੂ ਆਪਣੇ ਦੇ ਉੱਤੇ ਉਹ ਸ਼ਰਧਾ ਰੱਖਿਆ ਕਰਦੇ ਸਨ। ਮਨ ਦੇ ਵਿੱਚ ਜਿਹੜੀ ਸ਼ਰਧਾ ਜਿਹੜੀ ਹੁੰਦੀ ਹੈ, ਭਾਵਨਾ ਜਿਹੜੀ ਹੁੰਦੀ ਹੈ, ਇਹ ਮਨ ਦੇ ਵਿੱਚ ਸਤਿਗੁਰ ਕਿਰਪਾ ਕਰੇ ਤਾਂ ਪੈਦਾ ਹੁੰਦੀ ਹੈ। ਸੋ ਮੈਂ ਅਰਜ਼ ਕਰ ਰਿਹਾ ਸਾਂ ਭਾਈ ਸਤਿਗੁਰਾਂ ਤੇ ਸ਼ਰਧਾ ਰੱਖਣੀ ਹੈ ਭਾਈ ਗੁਰਮੁਖਾ, ਅੱਜ ਤਾਂ ਤੂੰ ਗੁਰੂ ਰਾਮ ਸਿੰਘ ਦਾ ਹੋ ਗਿਆ, ਹੋਰ ਕਿਸੇ ਪਾਸੇ ਝਾਕਣਾ ਨਹੀਂ। ਤੇ ਇੰਨੀ ਗੱਲ ਆ ਕੇ ਤੇ ਸੰਤ ਫਿਰ ਚਲੇ। ਫਿਰ ਕੁਝ ਚਿਰ ਬਾਅਦ ਜਦੋਂ ਆ ਗਿਆ ਨਾ, ਤੇ ਜਦੋਂ ਚੌਥੀ ਵਾਰੀ ਆਏ ਤੇ ਫਿਰ ਉਹਨੂੰ ਆਉਂਦੇ ਨੇ, ਵੇਖ ਸਵਾਵਾ ਸਿਆ, ਅੱਜ ਤੋਂ ਮਾਸ਼ਰਬ ਨਹੀਂ ਖਾਣਾ, ਨੱਕ ਨਾਲ ਲਕੀਰਾਂ ਕਢਾਈਆਂ ਜ਼ਮੀਨ ਦੇ ਉੱਤੇ, ਤੇ ਆਖਿਆ ਤੇਰਾ ਪਿਛਲਾ ਕਰਮ ਸਾਰਾ ਖਤਮ ਕਰ ਦਿੱਤਾ, ਅੱਗੋਂ ਵਾਸਤੇ ਤੂੰ ਗੁਰੂ ਰਾਮ ਸਿੰਘ ਦੇ ਵੇਖੀ ਕੋਈ ਤੇਰੇ ਕੋਲੋਂ ਭੈੜਾ ਕੰਮ ਨਾ ਹੋ ਜਾਏ, ਤਗੜਾ ਹੋ ਕੇ ਰਹਿਣਾ। ਉਹ ਫਿਰ ਬਾਬੇ ਸੁਹਾਵਾ ਸਿੰਘ ਜਿਹੜੇ ਸਨ, ਉਹਨਾਂ ਤੁਹਾਨੂੰ ਸਾਰਿਆਂ ਨੂੰ ਪਤਾ ਵੀ ਇੱਥੇ ਭੈਣੀ ਸਾਹਿਬ ਕਿੰਨੀ ਸੇਵਾ ਕੀਤੀ ਹੈ, ਜੀਵਨ ਨਗਰ ਕਿੰਨੀ ਸੇਵਾ ਕਰਦੇ ਸਨ। ਫਿਰ ਉਹ ਰਾਜਾ ਸੁਕੇਤ ਵਾਲਾ ਜਿਹੜਾ, ਉਹਦੇ ਕੋਲ ਜਾ ਕੇ ਮਾਸਟਰ ਵੀ ਰਹੇ ਨੇ, ਤੇ ਉਹ ਜਦੋਂ ਜਿਹੜੀ ਤਨਖਾਹ ਜੋ ਕੁਝ ਦਿੰਦੇ ਸਨ, ਉੱਥੇ ਖੰਡ ਪਾਠ ਕਰਦੇ ਸਨ, ਉਹ ਸਾਰਾ ਕੁਝ ਆਪ ਨਿਸ਼ਾਨ ਛੱਕਦੇ ਤੇ ਉਹਨਾਂ ਦਾ ਦਿੱਤਾ ਲੋਕਾਂ ਨੂੰ ਖਵਾ ਛੱਡਦੇ ਸਨ। ਰਾਜੇ ਨੇ ਪੁੱਛਿਆ ਵੀ ਤੂੰ ਕਿਸੇ ਨੇ ਸ਼ਿਕਾਇਤ ਕੀਤੀ ਹੈ ਤੁਹਾਡਾ ਤੇ ਅਨਪਣ ਨਹੀਂ ਛੱਕਦਾ? ਉਹਨਾਂ ਆਖ ਪੁੱਛਿਆ ਹੈ ਤੂੰ ਨਹੀਂ ਖਾਂਦਾ? ਇਹ ਨਹੀਂ, ਇਹ ਕਿਉਂ ਨਹੀਂ ਖਾਂਦਾ? ਇਹ ਤੇਰੀ ਕਮਾਈ ਚੰਗੀ ਨਹੀਂ। ਇਹ ਕਿਸ ਤਰ੍ਹਾਂ ਨਹੀਂ ਚੰਗੀ? ਇਹ ਤੇਰੇ ਰਾਜ ਵਿੱਚ ਲੋਕੀ ਲੜਕੀਆਂ ਵੇਚਦੇ ਨੇ ਤੇ ਉਹ ਪੈਸੇ ਤੇਰੇ ਖਜ਼ਾਨੇ 'ਚ ਪੈਂਦੇ ਨੇ, ਇਸ ਵਾਸਤੇ ਮੈਂ ਤੇਰਾ ਨਹੀਂ ਛਕਣਾ। ਨਾ ਤੂੰ ਭਜਨ ਨਹੀਂ ਪੁੱਛਿਆ ਸਮਝੀ? ਫਿਰ ਰਾਜੇ ਨੂੰ ਭਜਨ ਉਹਨਾਂ ਨੇ ਦਵਾਇਆ ਸੀ ਮਾਸਟਰ ਸੁਹਾਵਾ ਸੁਰਾਂ ਦੀ ਕਿਰਪਾ। ਉਹ ਮਾਸਟਰ ਸੁਹਾਵਾ ਸੁਰਾਂ ਨੂੰ ਸਿੱਧੇ ਰਾਏ ਪਾਇਆ ਸੰਤ ਸੁੰਦਰ ਸੁਰਾਂ ਮੰਜੀ ਤੋੜ ਵਾਲਿਆਂ, ਜਿਨ੍ਹਾਂ ਦੀ ਇੰਨੀ ਆਪਣੇ ਸਮਝੋ ਗੁਰਦੇਵ ਦੇ ਉੱਤੇ, ਆਪਣੇ ਭਜਨ ਗੁਰੂ ਤੇ ਇੰਨੀ ਸ਼ਰਧਾ ਸੀ ਵੀ ਉਹਨਾਂ ਨੇ ਜਿਸ ਵਕਤ, ਇਹ ਮੈਂ ਅਰਜ਼ ਕਰ ਰਿਹਾ ਹਾਂ ਵੀ ਸ਼ਰਧਾ ਦੀ ਗੱਲ ਕਿੰਨੀ ਉਹਨੀ, ਚੇਤ ਸਿੰਘਾਂ ਤੇ ਸ਼ਰਧਾ ਸੀ ਸੰਤ ਸੁਰਾਂ ਦੀ। ਇਹ ਸੰਤ ਸੁੰਦਰ ਸਿੰਘ ਜੀ ਮੰਜੀ ਤੋੜ ਵਾਲੇ ਜਿਹੜੇ ਨੇ, ਇਹ ਇੱਕ ਵਾਰੀ ਸਾਧ ਸਵੀ ਭਾਟੀ ਦਰਵਾਜ਼ੇ ਬੈਠੇ ਹੋਏ, ਲਾਹੌਰ ਦੀ ਗੱਲ ਹੈ, ਭਾਟੀ ਦਰਵਾਜ਼ੇ ਬੈਠੇ ਹੋਏ ਤੇ ਇੱਕ ਈਸ਼ਰ ਸਿੰਘ ਤਾਰ ਬਾਬੂ ਸੀ। ਇੱਕ ਤੇ ਚਿੱਠੀਆਂ ਦੇਣ ਵਾਲੇ ਕਈ ਵੱਖਰੀ ਡਿਊਟੀ ਹੁੰਦੀ ਹੈ ਵੀ ਆ ਤਾਰਾਂ ਹਰ ਇੱਕ ਦੇ ਕਰ ਦਿੰਦੇ ਨੇ, ਉਹ ਟਾਈਮ ਤੋਂ ਅੱਗੋਂ ਪਿੱਛੇ ਵੀ ਚਲੀਆਂ ਜਾਂਦੀਆਂ ਹਨ। ਇਹ ਭਾਟੀ ਦੁਆਰੇ ਜੇ ਬੈਠੇ ਹੋਏ ਤੇ ਬੜਾ ਉਹ ਈਸ਼ਰ ਸਿੰਘ ਨਾਲ ਵੇਖ ਕੇ ਨਾ ਇਹਨਾਂ ਨੂੰ ਆਂਦਾ, ਤੂੰ ਕੂਕਾ ਹੈ? ਹਾਂ ਕੂਕਾ ਹੀ ਆ ਸਮਝੀ। ਵੇਖੋ ਕੁਦਰਤ ਜਿਹੜੀ ਕਿਸੇ ਦੀ ਗੱਲ ਹੁੰਦੀ ਹੈ ਨਾ, ਜਿਹੜੀ ਸਾਹਮਣੇ ਆ ਜਾ ਉਹ ਕਰਨੀ ਪੈਂਦੀ ਹੈ। ਆ ਸੰਤੋਖ ਸਿੰਘ ਨੇ ਨਾ ਜੜਾਂ ਵਾਲੇ ਵਾਲੇ, ਉਹਨਾਂ ਦਾ ਪੁੱਤਰ ਚੜ੍ਹਾਈ ਕਰ ਗਿਆ ਕੋਈ 24-25 ਸਾਲ ਦਾ। ਮੈਂ ਉਹ ਬੱਚੇ ਨੂੰ ਉਹਨਾਂ ਨੂੰ ਬੁਲਾਉਣ ਵਾਸਤੇ ਗਿਆ ਤੇ ਉਹ 5-7 ਮਿੰਟ ਬੈਠਾ ਤੇ ਉਹਨਾਂ ਨੇ ਗੱਲ ਕੀਤੀ ਮੇਰੇ ਨਾਲ। ਕਹਿੰਦੇ ਨੇ ਅਸੀਂ ਜਿਸ ਵਕਤ ਇਹ ਲੜਕਾ ਚੜ੍ਹਾਈ ਕਰ ਗਿਆ ਨਾ ਤੇ ਕੁਝ ਸਰੀਰ ਆ ਗਿਆ ਹੋਰ ਅਕਾਲੀ ਸਨ ਜਿਹੜੇ, ਉਹ ਆ ਕੇ ਆਉਂਦੇ ਨੇ ਇਹ ਪਾਠ ਕੌਣ ਕਰੇਗਾ? ਅਸੀਂ ਪਾਠ ਨਾਮਧਾਰੀ ਸਿੱਖ ਕਰੇਗਾ। ਇਹ ਅਰਦਾਸ ਕੌਣ ਕਰੇਗਾ? ਸੰਤੋਖ ਸਿੰਘ ਆਉਂਦੇ ਨੇ ਅਰਦਾਸ ਕੋਸ਼ਿਸ਼ ਤੇ ਕਰਾਂਗਾ ਬਈ ਮੈਂ ਕਰਾਂ ਅਰਦਾਸ, ਪਰ 25 ਸਾਲ ਦਾ ਜਵਾਨ ਮੁੰਡਾ ਬਚ ਮਰ ਗਿਆ, ਹੋ ਸਕਦਾ ਮੈਂ ਥਿੜਕ ਜਾਵਾਂ, ਮੇਰੇ ਕੋਲ ਨਾ ਅਰਦਾਸ ਹੋਏ। ਫਿਰ ਇਹ ਨਾਮਧਾਰੀ ਅਰਦਾਸ ਕਰੇਗਾ, ਇਹ ਫਿਰ 12 ਪਾਤਸ਼ਾਹ ਦੀ ਹੋਏਗੀ? ਆਂਦੇ ਨੇ ਤੇ ਹੋਰ ਤੁਸੀਂ ਕੀ ਸਮਝਦੇ ਹੋ? ਆਂਦਾ ਵੇਖੋ ਮੈਂ ਤੁਹਾਨੂੰ ਦੱਸਾਂ,
ਤੁਸੀਂ ਇਹ ਨਾ ਸਮਝੋ ਕਿ ਮੈਂ ਹੋਰ ਹਾਂ, ਮੈਂ ਨਾਮ ਧਾਰੀਆ ਪਰ ਮੈਂ ਨਕਲੀ ਨਾਮ ਧਾਰੀਆ, ਮੈਂ ਨਾਮ ਧਾਰੀਆ ਹਾਂ ਪਰ ਮੈਂ ਨਕਲੀ ਨਾਮ ਧਾਰੀਆ ਹਾਂ। ਕਹਿੰਦੇ ਨੇ ਨਕਲੀ ਕਿਸ ਤਰ੍ਹਾਂ ਤੂੰ ਨਾਮ ਧਾਰੀਆ? ਅਸੀਂ ਮੈਂ ਇਸ ਵਾਸਤੇ ਨਕਲੀ ਹਾਂ ਬਈ ਮੈਂ ਮੰਜੀ 'ਤੇ ਬਹਿ ਕੇ ਵੀ ਰੋਟੀ ਖਾ ਲੈਂਦਾ, ਇਹ ਉਹਨਾਂ ਦੇ ਲਫਜ਼ ਨੇ ਜਿਹੜੇ ਮੈਂ ਅਰਜ਼ ਕਰਨ ਦੀ ਆਇਆ। ਮੈਂ ਨੰਗੇ ਸਿਰ ਵੀ ਰੋਟੀ ਖਾ ਲੈਂਦਾ ਤੇ ਮੈਂ ਕਸ਼ਹਿਰ ਨਹਾਉਣ ਲੱਗਿਆ, ਮੇਰਾ ਕਸ਼ਹਿਰ ਦਾ ਪੋਜਾ ਵੀ ਲੈ ਜਾਂਦਾ ਤੇ ਮੈਂ ਨਕਲੀ ਨਾਮ ਧਾਰੀਆਂ। ਇਹ ਅਸਲੀ ਕਿਹੜਾ ਹੁੰਦਾ? ਇਹ ਅਸਲੀ ਉਹ ਹੁੰਦਾ ਜਿਹੜਾ ਸਵਾਸ ਸਵਾਸ ਨਾਮ ਜਪੇ। ਇਹ ਕੋਈ ਹੈ ਵੀ ਕਿ ਨਹੀਂ ਅਸਲੀ ਨਾਮ ਧਾਰੀਆ? ਕਹਿੰਦਾ ਹੈ ਵੀ। ਇਹ ਕੌਣ ਹੈ? ਕਹਿੰਦਾ ਇੱਕੋ ਸਤਿਗੁਰੂ ਜਗਜੀਤ ਸਿੰਘ ਅਸਲੀ ਨਾਮ ਧਾਰੀਆ, ਹੋਰ ਇਸ ਤਰ੍ਹਾਂ ਦਾ ਕੋਈ ਅਸਲੀ ਨਾਮ ਧਾਰੀਆ? ਇਹ ਉਹਨਾਂ ਦੇ ਲਫਜ਼ ਹਨ ਜਿੰਨੇ ਕੁ ਮੈਂ ਤੁਹਾਡੇ ਸਾਹਮਣੇ ਅਰਜ਼ ਕੀਤੇ ਹਨ। ਮੇਰਾ ਸਿਰਫ ਮਤਲਬ ਕਹਿਣ ਤੋਂ, ਉਹਨਾਂ ਨੇ ਪੁੱਛਿਆ ਬਈ ਤੂੰ ਕੂਕਾ? ਉਹਨਾਂ ਆਖਿਆ ਹਾਂ ਜੀ, ਲੋਕ ਮੈਨੂੰ ਕੂਕਾ ਹੀ ਆਉਂਦੇ ਹਨ। ਬਾਹਰੋਂ ਬੰਨਾ ਕੂਕਾ ਹੋਰ ਹੁੰਦਾ ਤੇ ਅੰਦਰੋਂ ਬੰਨਾ ਕੂਕਾ ਹੋਰ ਹੁੰਦਾ। ਕਹਿੰਦੇ ਨੇ ਤੁਸੀਂ ਜਿਹੜੇ ਕੂਕੇ ਹੋ ਨਾ, ਤੁਸੀਂ ਤੇ ਭੌਂਦੂ ਢੋਲਾ ਹੋ, ਐਵੇਂ ਲੋਕਾਂ ਦੇ ਘਰ ਜਾ ਕੇ ਪਖੰਡ ਕਰਦੇ ਨੇ, ਅਸੀਂ ਆਪ ਰੋਟੀ ਪਕਾਉਣੀ ਹੈ ਬਈ ਬਹੁਤਾ ਘਿਓ ਮਿਲ ਜਾ, ਹੋਰ ਹੀ ਗੱਲਾਂ ਕਰਦੇ ਰਹਿੰਦੇ ਹੋ ਤੁਸੀਂ ਤੇ, ਐਵੇਂ ਭੌਂਦੂ ਜਿਹਾ ਟੋਲੋ, ਐਵੇਂ ਸਿਰ ਖਿਲਾਰ ਕੇ ਤੇ ਇਸ ਤਰ੍ਹਾਂ ਨੱਚਦੇ ਰਹਿੰਦੇ ਹੋ ਤੇ ਟੱਪਦੇ ਰਹਿੰਦੇ ਹੋ, ਐਡੀ ਜਿਹਾ ਤੁਹਾਡੇ ਵਿੱਚ ਸ਼ਕਤੀ ਹੈ ਤੇ ਤੁਸੀਂ ਮੈਨੂੰ ਭਲਾ ਨਚਾ ਕੇ ਵੇਖੋ? ਹਾਂ ਮੇਰੇ ਕੰਨ 'ਚ ਫੂਕ ਮਾਰੋ ਹਾਂ ਤੇ ਜੇ ਫਿਰ ਮੈਂ ਨਚਾਂਗਾ ਤੇ ਤਾਂ ਦੱਸੋ। ਸੰਜੀ ਜਦੋਂ ਇੰਨੀ ਗੱਲ ਆਖੀ, ਸੰਤਾਂ ਨੇ ਚੁੱਪ ਕੀਤੇ ਫੜਕਿਆ ਨੇ ਉਹਨੂੰ ਇਸੇ ਤਰ੍ਹਾਂ ਲੱਕ ਤੋਂ ਉਹਦੇ ਕੰਨ ਵਿੱਚ ਫੂਕ ਮਾਰ ਦਿੱਤੀ। ਜਦੋਂ ਫੂਕ ਮਾਰੀ, ਤਿੰਨ ਦਿਨ ਉੱਥੇ ਉਸਨੇ ਖਲੋਤੇ ਨੇ ਆਪਣੀ ਵਰਦੀ ਜੀ ਪਾੜ ਦਿੱਤੀ ਤੇ ਤਿੰਨ ਦਿਨ ਉਸੇ ਤਰ੍ਹਾਂ ਮਸਤਾਨੀ ਹਾਲਤ ਵਿੱਚ ਉੱਥੇ ਪਿਆ। ਤਿੰਨ ਦਿਨ ਉੱਥੋਂ ਹਿੱਲਿਆ ਹੀ ਨਹੀਂ। ਤੀਜੇ ਦਿਨ ਜਾ ਕੇ ਉਹਨੂੰ ਪਤਾ ਲੱਗਾ ਤੇ ਫੇਰ ਆਉਂਦਾ, ਓਏ ਮੈਨੂੰ ਦੱਸੋ ਇਹ ਕਿੱਧਰ ਤੁਰ ਗਿਆ ਕੂਕਾ ਜਿਹੜਾ ਮੇਰੇ ਕੰਨ 'ਚ ਫੂਕ ਮਾਰ ਗਿਆ ਸੀ। ਸਾਂਝੀ ਆਹ ਰੁੜਕਾ ਪਿੰਡ ਹੈ ਨਾ ਰੁੜਕਾ, ਗ੍ਰਹਿਆਂ ਦੇ ਨਾਲ ਉੱਥੇ ਇੱਕ ਜੱਗਾ ਸਿੰਘ ਤੇ ਭੰਗਾ ਸਿੰਘ ਦੋ ਭਰਾ ਸਨ। ਸਤਿਗੁਰੂ ਰਾਮ ਸਿੰਘ ਸੱਤੇ ਪਾਤਸ਼ਾਹ ਉੱਥੇ ਚਲੇ ਗਏ, ਜਾ ਕੇ ਦਰਵਾਜ਼ੇ ਬੈਠੇ, ਲੋਕਾਂ ਆਖਿਆ ਉੱਠ ਇੱਥੋਂ ਤੂੰ, ਤੂੰ ਉਹ ਜਿਹੜਾ ਲੋਕਾਂ ਨੂੰ ਵਿਗਾੜਦਾ ਫਿਰਦਾ ਸਾਡੇ ਇੱਥੋਂ ਬਾਹਰ ਨਿਕਲ ਜਾ। ਸੱਤੇ ਪਾਤਸ਼ਾਹ ਦੇ ਸਤ ਬਚਨ ਨੇ ਉੱਠ ਕੇ ਚਲੇ ਗਏ, ਦਰਵਾਜ਼ੇ ਉਠਾ ਦਿੱਤਾ ਸੀ ਜੀ ਰੁੜਕੇ ਵਾਲਿਆਂ ਨੇ। ਜਿਸ ਵਕਤ ਬਾਹਰ ਇੱਕ ਚਿੜੀ ਚਈ ਸੀ, ਉਹਦੇ ਥੱਲੇ ਜਾ ਕੇ ਬਹਿ ਗਿਆ। ਉਹਨਾਂ ਆਖਿਆ ਫਿਰ ਤਾਂ ਸਾਡੇ ਪਿੰਡ ਦੇ ਲਾਗੇ ਬਹਿ ਰਿਹਾ। ਉਹ ਜਿਹੜਾ ਭੰਗਾ ਸਿੰਘ ਸੀ ਉਹ ਆਉਂਦਾ ਸੀ ਮੈਂ ਇਉਂ ਕਰਨਾ ਵੀ ਇਹਨੂੰ ਆਦੇ ਕੁਝ ਨਹੀਂ, ਤੇ ਜਿਹੜੇ ਦਰਖਤ ਥੱਲੇ ਬੈਠਾ ਨਾ ਉਹਦੇ ਉੱਤੇ ਚੜ ਕੇ ਨਾ ਮੈਂ ਇਸੇ ਤਰ੍ਹਾਂ ਟਾਹਣੀਆਂ ਵੱਢਣ ਲੱਗ ਪਾਂਗਾ ਤੇ ਆਪੇ ਉਹਨਾਂ ਦੇ ਉੱਤੇ ਡਿੱਗਣ ਗਿਆ ਤੇ ਤੁਰ ਚੜ ਗਏ। ਉਹ ਉੱਤੇ ਚੜ ਕੇ ਤੇ ਟਾਹਣੀਆਂ ਵੱਢਣ ਲੱਗ ਗਿਆ। ਜਦੋਂ ਟਾਹਣੀਆਂ ਵੱਢਣ ਲੱਗਾ ਤੇ ਨਾਲ ਦਾ ਸਿੱਖ ਆਉਂਦਾ ਗਰੀਬ ਨੂੰ, ਆ ਜਾ ਇਹ ਵੇਖੋ ਇੱਥੇ ਵੀ ਨਹੀਂ ਸਾਨੂੰ ਬਹਿਣ ਦਿੰਦੇ, ਅਸੀਂ ਪਿੰਡੋਂ ਬਾਹਰ ਆ ਗਏ ਹਾਂ ਤੇ ਟਾਹਣੀਆਂ ਵੱਢਣ ਡਿਆ। ਸੱਚੇ ਪਾਤਸ਼ਾਹ ਕਹਿੰਦੇ ਨੇ ਨਹੀਂ, ਇਹ ਟਾਹਣੀਆਂ ਨਹੀਂ ਵੱਢਦਾ, ਇਹ ਆਪਣੀ ਜੜ ਵੱਢਣ ਦੀ ਆਇਆ। ਸਾਂਝੀ ਜਾ ਕੇ ਵੇਖ ਲਓ ਕੱਖ ਨਹੀਂ ਰਿਹਾ, ਉਹ ਕੱਖ ਨਹੀਂ ਉਸਦਾ, ਜੜਾਂ ਵੱਢ ਛੱਡੀਆਂ ਉਸਨੇ। ਫਿਰ ਲੋਕਾਂ ਨੇ ਆਖਿਆ ਓਏ ਜਿਹੜੀਆਂ ਕਲਾਮ ਦੱਸਦਾ ਪੁੱਛੋਗੇ ਸਹੀ ਕੀ ਕਲਾਮ ਦੱਸਦਾ? ਉੱਥੇ ਫਿਰ ਸਾਰਿਆਂ ਨੂੰ ਕੱਟੜ ਸਮਝੋ ਭੈੜਾ ਜਿਹੜਾ ਸੀ ਨਾ ਉਹਦਾ ਨਾਮ ਸੀ ਨਰਾਇਣ ਸਿੰਘ। ਨਰਾਇਣ ਸਿੰਘ ਕਹਿੰਦਾ ਮੈਂ ਪੁੱਛਣਾ ਤੇ ਫਿਰ ਤੁਹਾਨੂੰ ਆ ਕੇ ਦੱਸਾਂਗਾ ਵੀ ਇਹ ਕੀ ਦੱਸਦਾ। ਨਰਾਇਣ ਸਿੰਘ ਨੇ ਜਾ ਕੇ ਅਰਜ਼ ਕੀਤੀ ਗਰੀਬ ਨੂੰ, ਆਜ ਤੁਸੀਂ ਜਿਹੜੀ ਕਲਾਮ ਕੋਈ ਦੱਸ ਦਿਓ, ਜੜਾਂ ਦਿਓ ਤੁਸੀਂ ਭਜਣਾ ਦਿਓ ਤੇ ਲੋਕੀ ਕਲਾਮ ਆਉਂਦੇ ਨੇ ਉਹ ਮੈਨੂੰ ਵੀ ਦੱਸੋ ਹਾਂ ਕੀ ਹੈ। ਸੰਜੀ ਫਿਰ ਸਤਿਗੁਰਾਂ ਨੇ ਮਾਰੀ ਕੰਨ ਵਿੱਚ ਫੂਕ, ਚਾੜ ਦਿੱਤੀ ਰੰਗਣ, ਇਸੇ ਤਰ੍ਹਾਂ ਹੋ ਗਿਆ ਉਹਨੂੰ ਆਪਣੇ ਆਪ ਦਾ ਪਤਾ ਹੀ ਨਹੀਂ ਮੈਂ ਕਿੱਥੇ ਹਾਂ ਤੇ ਕਿੱਥੇ। ਲਾਟ ਪੋਟ ਉਹ ਤੇ ਉੱਥੇ ਡਿੱਗ ਪਿਆ, ਬੇਹੋਸ਼ ਹੋ ਗਿਆ।
ਸੱਚੇ ਪਾਤਸ਼ਾਹ ਥੋੜੇ ਚਿਰ ਬਾਅਦ ਉੱਠ ਕੇ ਉਹ ਦਿੱਤੂ ਨੂੰ ਨਾਲ ਲੈ ਲਿਆ, ਜਾ ਕੇ ਉਹਨੂੰ ਆਖਿਆ ਆ ਭਾਈ ਤੇਰੇ ਨਾਲ ਸਾਨੂੰ ਕੰਮ ਹੈ, ਤੇ ਜੈ ਸਿੰਘ ਨੂੰ ਉਹਦੀਆਂ ਭੇਡਾਂ ਸੰਭਾਲ ਗਏ ਤੇ ਉਹਨੂੰ ਆਖਦੇ ਨੇ ਆ ਹੁਣ ਉਹਨੂੰ ਉੱਥੋਂ ਲੈ ਕੇ ਤੇ ਸ੍ਰੀ ਭੈਣੀ ਸਾਹਿਬ ਨੂੰ ਆ ਗਿਆ। ਤੀਜੇ ਦਿਨ ਜਾ ਕੇ ਨਰਾਇਣ ਸਿੰਘ ਨੂੰ ਹੋਸ਼ ਆਈ, ਜਦੋਂ ਹੋਸ਼ ਆਈ ਰੰਗ ਬਦਲਿਆ ਆ, ਆਤਮਾ ਬਦਲੀ ਹੋਈ ਹੈ, ਨੇਤਰਾਂ 'ਚ ਜਲ ਆ ਗਿਆ। ਲੋਕੀ ਆਖਦੇ ਨੇ ਤੈਨੂੰ ਕੀ ਹੋ ਗਿਆ, ਉਹ ਤੂੰ ਕਿਆ ਚੰਗਾ ਭਲਾ ਹੈ, ਤੀ ਕੀ ਹੋ ਗਿਆ? ਕਹਿੰਦਾ ਮੇਰੇ ਨਾਲ ਗੱਲ ਨਾ ਕਰੋ, ਮੈਨੂੰ ਦੱਸੋ ਜਿਹੜੇ ਸਤਿਗੁਰ ਇੱਥੇ ਬੈਠੇ ਸਨ ਉਹ ਗਏ ਕਿੱਥੇ ਨੇ, ਮੈਂ ਉਹਨਾਂ ਦੇ ਜਾ ਕੇ ਚਰਨ ਚੁੰਮ ਲਵਾਂ। ਮੈਨੂੰ ਦੱਸੋ ਕਿੱਧਰ ਗਏ ਨੇ, ਉਹ ਮੇਰਾ ਤੇ ਕਲੇਜਾ ਹੀ ਕੱਢ ਕੇ ਲੈ ਗਏ ਨੇ, ਮੈਂ ਉਹਨਾਂ ਬਗੈਰ ਇੱਕ ਮਿੰਟ ਨਹੀਂ ਜੀਵ ਸਕਦਾ। ਉਹ ਕਹਿੰਦਾ ਕਮਲਿਆ ਗੱਲ ਦੱਸ ਤੈਨੂੰ ਉਹਨਾਂ ਕੀ ਦੱਸੀ ਸੀ? ਕਹਿੰਦਾ ਉਹ ਮੈਂ ਜੇ ਦੱਸਣ ਜੋਗਾ ਹੋਵਾਂ ਤੇ ਤਾਂ ਹੀ ਦੱਸਾਂ ਨਾ, ਮੈਂ ਦੱਸ ਨਹੀਂ ਸਕਦਾ। ਸਾਧ ਜੀ ਫਿਰ ਉਹਨਾਂ ਨੂੰ ਕਿਸੇ ਨੇ ਦੱਸ ਪਾਈ ਤੇ ਉਹ ਤੇ ਭੈਣੀ ਸਾਹਿਬ ਵਾਲੇ ਸਤਿਗੁਰ ਸਨ। ਫਿਰ ਉੱਥੋਂ ਕੁਝ ਤਿੰਨ ਦਿਨ ਨਾ ਖਾਧਾ ਨਾ ਪੀਤਾ, ਫਿਰ ਭੈਣੀ ਸਾਹਿਬ ਆ ਕੇ ਤੇ ਫਿਰ ਸੰਦੋ ਇੱਥੇ ਆ ਕੇ ਸਤਿਗੁਰਾਂ ਦੇ ਚਰਨਾਂ 'ਚ ਸਾਰੀ ਬਖਸ਼ਿਸ਼ ਲੈ ਕੇ ਵਾਪਸ ਗਿਆ। ਤੇ ਜਦੋਂ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਭੋਗ ਪਿਆ ਸੀ ਨਾ, ਉਹਦੇ ਘਰੋਂ ਸੀ ਮਾਲਣ, ਹੁਣ ਤੇ ਉਹ ਵੀ ਮਰ ਗਈ ਹੋਈ ਹੈ ਮੇਰੀ ਸਮਝ 'ਚ, ਅੱਗੋਂ ਉਹਨਾਂ ਦਾ ਕੋਈ ਸਿੱਖ ਨਹੀਂ, ਉਹ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੇ ਭੋਗ ਤੇ ਅੱਗੋਂ ਜ਼ਰੂਰ ਆਏ ਸਨ। ਸੋ ਮੇਰਾ ਮਤਲਬ ਸਿਰਫ ਕਹਿਣ ਤੋਂ ਆ, ਸਤਿਗੁਰ ਦੀ ਤਾਂ ਗੱਲ ਹੀ ਛੱਡੋ, ਸਿੱਖ ਸਤਿਗੁਰ ਦਾ ਸਿੱਖ ਵੀ ਜੇ ਕਿਸੇ ਦੇ ਵਿੱਚ ਕੰਨ ਜਿਹਦੇ ਵਿੱਚ ਸ਼ਕਤੀ ਹੁੰਦੀ ਸੀ, ਕੰਨ 'ਚ ਫੂਕ ਮਾਰਦਾ ਸੀ ਤੇ ਰੰਗਣ ਚਾੜ ਦਿੰਦਾ ਸੀ। ਤਿੰਨ ਦਿਨ ਉਹ ਈਸ਼ਰ ਸਿੰਘ ਜਿਹੜਾ ਸੀ ਨਾ ਬਾਬੂ ਤਾਰ ਵਾਲਾ ਉੱਥੇ ਲੇਟਦਾ ਰਿਹਾ, ਪਰ ਜਦੋਂ ਤੀਜੇ ਦਿਨ ਹੋਸ਼ ਆਈ ਕਹਿੰਦਾ ਹੁਣ ਮੈਨੂੰ ਉਹ ਕੂਕਾ ਦੱਸੋ ਜਿੱਧਰ ਕਿੱਧਰ ਗਿਆ, ਮੈਂ ਜਾ ਕੇ ਜਿਹੜੀਆਂ ਪਿਛਲੀਆਂ ਗਲਤੀਆਂ ਤੇ ਅਯੋਗ ਲਫ਼ਜ਼ ਉਹਨੂੰ ਆਖੇ ਸਨ ਉਹਦੀ ਮੈਂ ਉਹਦੇ ਕੋਲੋਂ ਖਿਮਾ ਮੰਗ ਲਾ। ਇਹ ਸੰਤ ਸੁੰਦਰ ਸਿੰਘ ਜੀ ਨਾ ਕੋਈ ਪਾਸਪੋਰਟ, ਅੱਜ ਕੱਲ੍ਹ ਤਾਂ ਸਿਕਿਉਰਿਟੀ ਬੜੀ ਵੇਖੋ ਕਿੰਨਾ ਕੁਝ ਕਰਦੇ ਨੇ ਰਾਹ ਵਿੱਚ, ਤਲਾਸ਼ੀਆਂ ਲੈਂਦੇ ਨੇ, ਉਹ ਚਾਕੂ ਨਾ ਹੋਏ ਹੋਏ ਕਿਰਪਾਨ ਤੇ ਪਾਬੰਦੀ ਲਾ ਦਿਓ, ਇਹਨਾਂ ਕੋਲ ਬੰਬ ਨਾ ਹੋਏ ਹੋਏ ਜਹਾਜ਼ ਲੈ ਜਾਂਦੇ ਨੇ। ਉਦੋਂ ਇੰਡੀਆ ਦੀ ਪਾਬੰਦੀ ਵੀ ਨਹੀਂ ਸੀ ਹੁੰਦੀ, ਨਾ ਕੋਈ ਪਾਸਪੋਰਟ ਇਹਨਾਂ ਕੋਲ, ਤੇ ਚੜ੍ਹ ਕੇ ਪਾਣੀ ਵਾਲੇ ਜਹਾਜ਼ ਤੇ ਅਫਰੀਕਾ ਚਲੇ ਗਏ। ਜਦੋਂ ਅਫਰੀਕਾ ਚਲੇ ਗਿਆ ਇਮੀਗ੍ਰੇਸ਼ਨ ਵਾਲਿਆਂ ਨੇ ਇਹਨਾਂ ਨੂੰ ਕੁਝ ਨਾ ਪੁੱਛਿਆ, ਸਾਧੂ ਜਾਣ ਕੇ ਨਿਕਾ ਦਿੱਤਾ। ਸਾਧੂ ਜਾ ਕੇ ਸਭ ਤੋਂ ਪਹਿਲਾਂ ਅਫਰੀਕਾ 'ਤੇ ਜਾ ਕੇ ਉਹਨਾਂ ਉਪਦੇਸ਼ ਕੀਤਾ। ਜਿਸ ਵਕਤ ਅਫਰੀਕਾ ਗਏ ਨੇ ਤੇ ਕੁਦਰਤ ਮਹਾਰਾਜ ਜੀ ਇੱਕ ਦਿਨ ਇਸ ਤਰ੍ਹਾਂ ਗੁਰਦੁਆਰੇ ਦਵਾਨ ਲੱਗਿਆ ਸੀ, ਤੇ ਦਵਾਨ ਲੱਗੇ ਸੰਤ ਦਵਾਨ ਤਾਂ ਸੁਣਦੇ ਸਨ, ਕੀਰਤਨ ਹੋ ਰਿਹਾ ਸੀ, ਸੰਤ ਬੈਠੇ ਬੈਠੇ ਮਸਤ ਹੋ ਗਏ। ਜਦੋਂ ਮਸਤ ਹੋ ਗਿਆ ਤੇ ਉੱਠ ਕੇ ਆਉਂਦੇ ਨੇ ਮੈਂ ਖੁਦ ਖੁਦਾ ਹਾਂ। ਲੋਕਾਂ ਆਖਿਆ ਚਲੋ ਬਕਵਾਸ ਕਰਦਾ ਪਿਆ ਕਰੇ, ਜੇ ਦੂਜਿਆਂ ਤੇ ਹੀ ਆਖਣਾ ਸੀ ਨਾ, ਇੰਨੀ ਗੱਲ ਕਰਕੇ ਆਉਂਦਾ ਮੈਂ ਖੁਦ ਗੁਰੂ ਗੋਬਿੰਦ ਸਿੰਘ ਹਾਂ। ਇਹ ਨਹੀਂ ਹੁਣ ਦੂਜਿਆਂ ਕੋਲ ਜਰਿਆ ਗਿਆ, ਆਉਂਦਾ ਗੁਰੂ ਗੋਬਿੰਦ ਸਿੰਘ ਬਣ ਡਿਆ ਇੱਕ ਸਿੱਖ ਉੱਠਿਆ। ਸਤਸੰਗ ਜੀ ਉਸਨੇ ਸੰਤਾਂ ਦੇ ਕੇਸਾਂ ਨੂੰ ਨਾ ਹੱਥ ਪਾ ਲਿਆ, ਮਰੋੜਾ ਜਿਹਾ ਦੇ ਕੇ ਦੋ ਤਿੰਨ ਮੁੱਕੀਆਂ ਉਹਦੇ ਲੱਕ ਵਿੱਚ ਮਾਰੀਆਂ ਤੇ ਆਖਿਆ ਬਿੱਜੂ ਜਿਹਾ ਮੂੰਹ ਤੇ ਵੇਖ ਗੁਰੂ ਗੋਬਿੰਦ ਸਿੰਘ ਬਣ ਡਿਆ ਹੈ। ਸੰਤਾਂ ਨੂੰ ਕੋਈ ਦੁੱਖ ਨਹੀਂ ਲੱਗਾ, ਸੰਤ ਉਸੇ ਬਿਰਤੀ ਵਿੱਚ ਹਨ। ਜੇ ਇੱਥੇ ਬਿਰਤੀ ਲੈ ਜਾਂਦੀ ਨਾ ਤਾਂ ਸੀ ਨਾ ਆਹ ਥੜਾ ਹੁੰਦਾ ਸੀ, ਇੱਥੇ ਤੁਹਾਨੂੰ ਪਤਾ ਸਾਰਿਆਂ ਨੂੰ ਥੜਾ ਹੁੰਦਾ ਸੀ ਵੱਡਾ ਹਰਾ, ਇੱਥੇ ਦਵਾਨ ਲੱਗਾ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦਾ, ਤੇ ਆਲਮ ਜੀ ਮਸਤਾਨੇ ਹੋ ਗਏ ਤੇ ਨਾਲ ਪ੍ਰਤਾਪ ਸਿੰਘ ਜੀ ਰਾਗੀ ਵੀ ਮਸਤਾਨੇ ਹੋ ਗਿਆ। ਤਾਂ ਜਦੋਂ ਦੋਵੇਂ ਮਸਤਾਨੇ ਹੋਏ ਤੇ ਪ੍ਰਤਾਪ ਸਿਰਾਂ ਦਾ ਤੁਹਾਨੂੰ ਪਤਾ ਸਰੀਰ ਕਿਸ ਤਰ੍ਹਾਂ ਦਾ ਸੀ ਤੇ ਆਲਮੁਰਾਂ ਦਾ ਕੀ ਕੁੰਦਾ ਸੀ, ਪ੍ਰਤਾਪ ਸਿਰਾਂ ਨੇ ਇਸ ਤਰ੍ਹਾਂ ਛਾਲ ਮਾਰੀ ਤੇ ਆਲਮੁਰਾਂ ਦੇ ਉੱਤੇ ਫੜਾਕੀ ਮਾਰਨੀ, ਤੇ ਆਲਮੁਰੇ ਉੱਪਰਲੇ ਪਾਸੇ ਨੂੰ ਪੌੜੀਆਂ ਸਨ, ਇੱਕ ਇੱਧਰ ਪੌੜੀਆਂ ਹਨ ਤੇ ਇੱਕ ਪਰਾਂ ਨੂੰ ਪੌੜੀਆਂ ਹਨ, ਦੋ ਪਾਸੇ ਇਸ ਦੇ ਪੌੜੀਆਂ ਸਨ। ਆਲਮੁਰੀ ਉਹਨੂੰ ਲੈ ਕੇ ਨਾ ਉਸੇ ਤਰ੍ਹਾਂ ਇਹਦੇ ਪੌੜੀਆਂ ਦਾ ਠਾਂ ਉਤਰ ਗਿਆ। ਜਦੋਂ ਠਾਂ ਉਤਰ ਗਿਆ ਨਾ ਤੇ ਜਦੋਂ ਪੌੜੀਆਂ ਤੋਂ ਉਤਰ ਲੱਗੇ ਨਾ ਤੇ ਪ੍ਰਤਾਪ ਸਿਰਾਂ ਦੇ ਨੇ ਜਿਹੜੇ ਲਾਲ ਸਿਰਾਂ ਦੇ ਉਹ ਫਿਰ ਕਦੀ ਉਹਨਾਂ ਦੀ ਸਟੀਚ ਸਿਰਾਵਾਂਗਾ, ਉਹ ਉਤਰ ਲੱਗੇ ਤੇ ਉਹਨਾਂ ਦੇ ਕੰਨ 'ਚ ਆਉਂਦੇ ਨੇ ਵੇਖਿਓ ਮੈਨੂੰ ਡੇਗ ਨਾ ਛੱਡਿਓ ਜੀ, ਇੰਨੀ ਗੱਲ ਆਖੀ ਤੇ ਉਹਨਾਂ ਨੇ ਉਤਾਰ ਛੱਡਿਆ।
ਤੇ ਉਹ ਵਾਪਸ ਆ ਕੇ ਦੀਵਾਨ 'ਚ ਬਹਿ ਗਿਆ ਅਤੇ ਆਲਮ ਜੀ ਕਹਿੰਦੇ ਨੇ ਸੱਚੇ ਪਾਤਸ਼ਾਹ ਮੈਂ ਕੋਲ ਬੈਠਾ ਸੱਚੇ ਪਾਤਸ਼ਾਹ ਅਤੇ ਪ੍ਰਤਾਪ ਸਿੰਘ ਕਾਹਦਾ ਮਸਤਾਨਾ ਇੱਥੇ ਤਾਂ ਫੜਾਕੀ ਮਾਰ ਕੇ ਮੇਰੇ ਲੱਕ 'ਤੇ ਚੜ ਗਿਆ ਸੀ ਅਤੇ ਜਦੋਂ ਪੌੜੀਆਂ ਦਾ ਉਤਰਨ ਲੱਗੇ ਸਨ ਉਦੋਂ ਮੇਰੇ ਕੰਨ 'ਚ ਆਖਿਆ ਸੀ ਵੇਖੀ ਮੈਨੂੰ ਡੇਗ ਨਾ ਛੱਡੀ ਸੱਚੇ ਪਾਤਸ਼ਾਹ ਦੇ ਨੇ ਉਹ ਸੱਚਾ ਮਸਤਾਨਾ ਜੀ ਕਿਹੜੀ ਗੱਲੋਂ ਸੱਚਾ ਮਸਤਾਨਾ ਕਹਿੰਦੇ ਨੇ ਜਦੋਂ ਤੂੰ ਉਹਨੂੰ ਦੀਵਾਨ 'ਚੋਂ ਬਾਹਰ ਲੈ ਗਿਆ ਸੀ ਆਪ ਹੀ ਉਹਦੀ ਮਸਤੀ ਉਤਰ ਜਾਣੀ ਸੀ ਦੀਵਾਨ 'ਚੋਂ ਜੋ ਬਾਹਰ ਲੈ ਗਿਆ ਜੇ ਦੀਵਾਨ ਦੇ ਵਿੱਚ ਰੱਖ ਜਾਓ ਤਾਂ ਉਹਨੂੰ ਮਸਤੀ ਰਹਿੰਦੀ ਨਾ ਤੁਸੀਂ ਦੀਵਾਨ ਤੋਂ ਬਾਹਰ ਲੈ ਗਿਆ ਸੋ ਉਹਨਾਂ ਦੀ ਮਸਤੀ ਉਤਰ ਗਈ ਜਦੋਂ ਮਸਤੀ ਉਤਰ ਗਈ ਉਦੋਂ ਹੀ ਉਸਨੇ ਆਖਿਆ ਨਾ ਸੋ ਸਾਧ ਸੰਗਤ ਜੀ ਜਦੋਂ ਮਸਤੀ ਉਤਰ ਜਾ ਨਾ ਉਦੋਂ ਹੀ ਦੁੱਖ ਤੇ ਸੁੱਖ ਤੇ ਅਗਲੇ ਨੂੰ ਗਾਲਾਂ ਕੱਢੀਆਂ ਜੇ ਮਸਤ ਹੋਏ ਤਾਂ ਕਿਸੇ ਨੂੰ ਕੁਝ ਵੀ ਨਹੀਂ ਕਹਿੰਦਾ ਆਪਣੀ ਮਸਤੀ ਵਿੱਚ ਰਹਿੰਦਾ ਸੰਤ ਉਸੇ ਤਰ੍ਹਾਂ ਮਸਤ ਸਨ ਸੰਤਾਂ ਦੀ ਬਿਰਤੀ ਉਸੇ ਤਰ੍ਹਾਂ ਰਹੀ ਹੈ ਹਾਂਜੀ ਅਸਲੀ ਮਸਤਾਨੀ ਸਦਾ ਨਹੀਂ ਰਹਿੰਦੀ ਅਸਲੀ ਮਸਤਾਨਪੁਰਾ ਕਦੇ ਆ ਜਾਂਦਾ ਇੱਥੇ ਦੀਵਾਨ ਲੱਗਾ ਇਹ ਵੱਡੀ ਸਾਰਾ ਪੰਡਾਲ ਸੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦੀਵਾਨ 'ਚ ਦਰਸ਼ਨ ਦੇ ਰਹੇ ਹਨ ਇੱਕ ਮਸਤਾਨਾ ਆਇਆ ਲਲਕਾਰਾਂ ਮਾਰੀਆਂ ਇੱਧਰੋਂ ਆ ਗਿਆ ਇੱਧਰ ਜਦਾਂ ਕੀਤਾ ਸਤਿਗੁਰੂ ਆਖਿਆ ਚੁੱਕੋ ਇਹਨੂੰ ਬਾਹਰ ਲੈ ਜਾਓ ਚੁੱਕ ਕੇ ਬਾਹਰ ਲੈ ਗਿਆ ਨਹੀਂ ਇੱਕ ਮਗਰੋਂ ਹੋਰ ਮਸਤਾਨਾ ਹੋ ਗਿਆ ਪਹਿਰੇਦਾਰ ਫਿਰ ਉਹਨੂੰ ਚੁੱਕਣ ਲੱਗੇ ਨੇ ਸਤਿਗੁਰੂ ਆਖਿਆ ਛੱਡ ਦਿਓ ਭਾਈ ਉਹ ਹੋਰ ਚੀਜ਼ ਸੀ ਇਹ ਹੋਰ ਚੀਜ਼ ਸੰਤ ਜੀ ਇਹ ਆਪੇ ਹੀ ਉਹ ਮਸਤਾਨਾ ਜਿਹੜਾ ਹੁੰਦਾ ਜਿਹਦਾ ਕੋਈ ਮਰ ਗਿਆ ਹੁੰਦਾ ਉਹਦੀ ਚੀਕ ਹੀ ਦੂਜਿਆਂ ਨਾਲ ਵੱਖਰੀ ਹੁੰਦੀ ਹੈ ਜਿਹਦੇ ਅੰਦਰ ਮਸਤੀ ਹੁੰਦੀ ਹੈ ਸਰ ਜੀ ਉਹਦੀ ਚੀਕ ਨਾ ਦੇ ਕੁਰਲਾਟ ਨਾ ਪੈ ਜਾ ਦੀਵਾਨ ਵਿੱਚ ਤੇ ਹੁੰਦਾ ਕੀ ਝੂਠੀਆਂ ਐਵੇਂ ਮੈਂ ਕਰ ਛੱਡਾਂਗਾ ਤੇ ਕਿੰਨੀ ਕੁ ਤੁਹਾਡੇ ਮੇਰਾ ਅਸਰ ਹੋਏਗਾ ਸਗੋਂ ਦੂਜਿਆਂ ਦੀ ਵੀ ਬੇਸੌਦੀ ਕਰ ਛੱਡਦੇ ਕੋਲ ਬੈਠਿਆਂ ਜਦੋਂ ਅੰਦਰ ਗੱਲ ਨਿਕਲੇਗੀ ਨਾ ਉਦੋਂ ਸਮਝੀ ਅਗਲੇ ਉੱਤੇ ਜਾ ਕੇ ਅਸਰ ਹੁੰਦਾ ਉਹਨਾਂ ਦੀ ਉਸੇ ਤਰ੍ਹਾਂ ਬਿਰਤੀ ਰਹੀ ਹੈ ਕੋਈ ਫਰਕ ਨਹੀਂ ਪਿਆ ਉਹਦਾ ਬਿੱਜੂ ਜਿਹਾ ਗੁਰੂ ਗੋਬਿੰਦ ਸਿੰਘ ਬਣ ਗਿਆ ਆ ਵੇਖਾਂ ਪਹਿਲਾਂ ਇਹਦਾ ਮੂੰਹ ਸੰਤਾਂ ਆਖਿਆ ਉਹ ਸਿੱਖਾ ਠੀਕ ਹੈ ਜੇ ਤਾਂ ਮੈਂ ਬਿੱਜੂ ਹਾਂ ਤਾਂ ਮੈਂ ਤੇਰਾ ਕੁਝ ਨਹੀਂ ਵਿਗਾੜ ਸਕਦਾ ਪਰ ਜੇ ਤੂੰ ਗੁਰੂ ਗੋਬਿੰਦ ਸਿੰਘ ਦੇ ਕੇਸਾਂ ਨੂੰ ਹੱਥ ਪਾਇਆ ਤੇ ਕੱਲ ਨੂੰ ਤੇਰਾ ਹੱਥ ਕੱਟਿਆ ਜਾਏ ਜੇ ਮੈਂ ਬਿੱਜੂ ਹਾਂ ਤਾਂ ਬਿੱਜੂ ਤੇਰਾ ਕੁਝ ਨਹੀਂ ਵਿਗਾੜ ਸਕਦਾ ਸਾਧ ਸੰਗਤ ਜੀ ਜਿਸ ਵਕਤ ਅਗਲੇ ਦਿਨ ਆਪਣੇ ਕਾਰਖਾਨੇ ਕੰਮ ਤੇ ਕਰ ਗਿਆ ਕੜਾ ਕਰਦਾ ਉਹਦਾ ਹੱਥ ਜਿਹੜਾ ਸੀ ਉੱਥੇ ਕੱਟਿਆ ਜਦੋਂ ਹੱਥ ਕੱਟਿਆ ਗਿਆ ਫਿਰ ਲੀਲਾਂ ਨਿਕਲ ਗਈਆਂ ਫਿਰ ਸੰਤਾਂ ਨੂੰ ਚਰਨਾਂ ਨੂੰ ਆ ਕੇ ਚੁੰਮਦਾ ਤੇ ਹਾਰੇ ਕਰਦਾ ਸੰਤ ਜੀ ਮੈਂ ਭੁੱਲ ਗਿਆ ਤੁਸੀਂ ਸਾਧੂ ਉਹ ਕਿਰਪਾ ਕਰੋ ਫਿਰ ਵੀ ਮੈਨੂੰ ਬਚਾ ਲਓ ਅੰਮ੍ਰਿਤਸਰ ਦੀਵਾਨ ਲੱਗਾ ਸੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਾ ਸਹਿਲ ਸਿੰਘ ਜੀ ਉਦੋਂ ਦਰੋਗੇ ਹੁੰਦੇ ਸਨ ਇਹ ਸਤਿਗੁਰਾਂ ਦੀ ਸ਼ਾਨ ਦੇ ਬਰਖਿਲਾਫ਼ ਕਦੇ ਗੁਰੂ ਰਾਮ ਸਿੰਘ ਦੀ ਸ਼ਾਨ ਦੇ ਬਰਖਿਲਾਫ਼ ਕਦੇ ਕਿਸੇ ਗੁਰੂ ਦੀ ਸ਼ਾਨ ਦੇ ਬਰਖਿਲਾਫ਼ ਇਹ ਗੱਲਾਂ ਕਰਨ ਲੱਗ ਪਿਆ ਸੰਤ ਸੁੰਦਰ ਸਿੰਘ ਜੀ ਸਹਿਲ ਸਿੰਘ ਖੁੰਡਾ ਲੈ ਕੇ ਉਹਨੂੰ ਮਾਰਨ ਲੱਗੇ ਕਹਿੰਦੇ ਨਾ ਹੋਵੇ ਕੌਣ ਤੂੰ ਜਿਹੜਾ ਗੁਰੂਆਂ ਦੀ ਸ਼ਾਨ ਦੇ ਬਰਖਿਲਾਫ਼ ਗੱਲਾਂ ਕਰਨ ਦੀ ਆਇਆ ਜਿਸ ਵਕਤ ਉਹਨਾਂ ਵੇਖਿਆ ਨਾ ਸਹਿਲ ਸਿੰਘ ਸਾਨੂੰ ਖੁੰਡਾ ਲੈ ਕੇ ਆ ਕੇ ਮਾਰਨ ਲੱਗਾ ਕਹਿੰਦੇ ਨਾ ਸਹਿਲ ਸਿਆ ਉਹ ਤੇਰਾ ਖੁੰਡਾ ਮੇਰੇ ਤੇ ਨਹੀਂ ਵਰ ਸਕਦਾ ਤੂੰ ਨਹੀਂ ਮੈਨੂੰ ਮਾਰ ਸਕਦਾ ਸਰ ਜੀ ਇੰਨੀ ਗੱਲ ਆਖਣ ਦੀ ਦੇਰ ਸੀ ਖੁੰਡਾ ਉੱਥੇ ਦਾ ਉੱਥੇ ਜਾ ਸੰਤ ਦੂ ਕਰਦੇ ਨੱਸ ਗਿਆ ਸਤਿਗੁਰਾਂ ਨੇ ਸੇਲ ਸਰਨ ਸੱਦ ਕੇ ਆਖਿਆ ਗੱਲ ਸੁਣੋ ਸੇਲ ਸਿੰਘ ਜੀ ਇਹਨਾਂ ਨੂੰ ਤੁਸੀਂ ਕੁਝ ਨਾ ਆਖੋ ਜਿਨ ਪੱਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰਿਆਂ ਦੇ ਜਿਉਂ ਬੋਲਣ ਤੇ ਵੇ ਸੁਹਨ ਇਹ ਤੁਸੀਂ ਜਿਹੜੇ ਬਹੁਤੇ ਅੱਖੋਂ ਮੱਥਾ ਟੇਕਦੇ ਹੋ ਨਾ ਮੇਰੇ ਮੈਨੂੰ ਅਸੀਂ ਬਹੁਤੇ ਅੱਜ ਕੱਲ੍ਹ ਨਾ ਨੇੜੀਆਂ ਠੇੜੀਆਂ ਇਹ ਬੜੀਆਂ ਕਰਦੇ ਹਾਂ ਮਾਰ ਜੀ ਹੋਰ ਦਿਆ ਹੋਰ ਨਿਰਾ ਮੱਥਾ ਟੇਕਣ ਨਹੀਂ ਅੰਦਰ ਸ਼ਰਧਾ ਨਾ ਹੋਏ ਉਹ ਮੱਥਾ ਵੀ ਕੁਝ ਨਹੀਂ ਹੁੰਦਾ ਸੀ ਸੁਣਵਾਇਆ ਕਿਆ ਥਿਆ ਜਾ ਰੇ ਕੁਛ ਸੁੱਤੇ ਜਾਏ ਕਹਿੰਦੇ ਨੇ ਜਿਹੜਾ ਤੁਸੀਂ ਬਹੁਤਾ ਨਿਉਣੀਆਂ ਠੂਣੀਆਂ ਕਰਕੇ ਮੱਥਾ ਟੇਕਦੇ ਹੋ ਨਾ ਇਹਨਾਂ ਦਾ ਅੰਦਰ ਤੁਹਾਡੇ ਨਾਲ ਚੰਗਾ ਹੈ ਮੇਰੇ ਤੇ ਤੁਹਾਡੇ ਨਾਲ ਜ਼ਿਆਦਾ ਸਰਦਾ ਰੱਖਦੇ ਹਨ ਇਹ ਸੰਤ ਫਿਰ ਹਜ਼ੂਰ ਸਾਹਿਬ ਚਲੇ ਗਿਆ ਹਜ਼ੂਰ ਸਾਹਿਬ ਗਏ ਇਹਨਾਂ ਨੂੰ ਦਸਵੇਂ ਪਾਤਸ਼ਾਹ ਦੀ ਬਾਣੀ ਬੜੀ ਕੰਠ ਸੀ ਹਜ਼ੂਰ ਸਾਹਿਬ ਜਾ ਕੇ ਜਦੋਂ ਗੁਰਦੁਆਰੇ ਉਹਨਾਂ ਨੇ ਬਾਣੀ ਪੜ੍ਹਨੀ ਦਸਵੇਂ ਪਾਤਸ਼ਾਹ ਦੀ ਜਦੋਂ ਬਾਣੀ ਪੜ੍ਹਨੀ ਤੇ ਮਸਤਾਨਿਆ ਹੋ ਜਾਣਾ ਤੇ ਪੁਜਾਰੀਆਂ ਆਖਣਾ ਇਹਨੂੰ ਫੜੋ ਇਹ ਬਾਹਰ ਕੱਢੋ ਐਵੇਂ ਮਸਤਾਨਾ ਹੋਣ ਦੀ ਆਇਆ ਤੇ ਜਦੋਂ ਉਹਨਾਂ ਲਾਗੇ ਜਾਣਾ ਤੇ ਸੁਣੀ ਗੁਰੂ ਗੋਬਿੰਦ ਸਿੰਘ ਜੀ ਬਾਣੀ ਆਦਰ ਉਹਨੇ ਇਹਨੂੰ ਆਖੀਏ ਕਿ ਇਹਦੇ ਬਾਣੀ ਪੜਨ ਡਿਆ ਕੋਈ ਅਜੋ ਕੰਮ ਕਰਦਾ ਹੋਏ ਗੱਲ ਕਰਦਾ ਹੋਏ ਤਾਂ ਵੀ ਇਹਨੂੰ ਆਖੀ
ਉਹ ਸੰਤ ਸੁੰਦਰ ਸਿੰਘ ਜੀ ਮੰਜੀ ਤੋੜ ਵਾਲੇ, ਉਹਨਾਂ ਦੇ ਪਿੰਡ ਦਾ ਨਾਂ ਸੀ ਮੰਜੀ ਤੋੜ ਅਤੇ ਉਹਨਾਂ ਦਾ ਨਾਂ ਹੀ ਸੰਤ ਸੁੰਦਰ ਸਿੰਘ ਜੀ ਮੰਜੀ ਤੋੜ ਪੈ ਗਿਆ ਸੀ। ਸਤਿਗੁਰੂ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਦੇ ਨਾਲ, ਸਤਿਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਨੇ ਹਜ਼ਾਰ ਜੀਵਾਂ ਨੂੰ ਨਾਮ ਦਾਨ ਦਿੱਤਾ ਅਤੇ ਉਹਨਾਂ ਨੂੰ ਆਖਿਆ ਹੋਇਆ ਮਨੁੱਖਾ ਦੇ ਮਿਲੀ ਹੈ, ਸਿਮਰਨ ਕਰਿਆ ਕਰੋ, ਨਾਮ ਜਪੋਗੇ ਤਾਂ ਹੀ ਤੁਹਾਡਾ ਭਲਾ ਹੋਣਾ। ਸੋ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਆ ਕੇ ਸੰਸਾਰ 'ਤੇ ਜਿਹੜੀ ਮਿਟ ਗਏ ਸੀ ਕਰੀਬ ਕਰੀਬ ਗੁਰਸਿੱਖੀ, ਉਹਨਾਂ ਨੂੰ ਫਿਰ ਸਮਝੋ ਪੁਨਰ ਜਨਮ ਦਿੱਤਾ। ਇਸ ਵਾਸਤੇ ਹੀ ਸਤਿਗੁਰੂ ਨੂੰ ਧਾਨਾ ਨਿਆ, ਕਿਉਂਕਿ ਉਹਨਾਂ ਦੀ ਆਤਮਾ ਸੰਸਾਰ ਨਾਲੋਂ ਚੰਗੀ ਹੁੰਦੀ ਹੈ। ਇਹਨੀਆਂ ਲਫਜ਼ਾਂ ਨਾਲ ਮੈਂ ਸਾਧ ਸੰਗਤ ਖਿਮਾ ਦਾ ਜਾਚਕ ਸਤਿ ਸ੍ਰੀ